ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਸਾਡੇ ਇਸ ਖਾਸ ਸ਼ੋਅ ਦੇ ਵਿੱਚ ਸੋ ਸਟੂਡੈਂਟਸ ਦੇ ਲਈ ਇੱਕ ਵਾਰ ਫਿਰ ਤੋਂ ਖਾਸ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜੀ ਐਕਸਪੋਰਟ ਸਾਡੇ ਨਾਲ ਹੋਣਗੇ ਕੈਰੀਅਰ ਓਵਰ ਸੀਸ ਤੋਂ ਮਿਸਟਰ ਨੀਰਜ ਵਡੇਰਾ ਜੀ ਜੋ ਕਿ ਆਲਮੋਸਟ 13 ਸਾਲ ਹੋ ਗਏ ਨੇ ਇਸ ਕੰਪਨੀ ਨੂੰ ਪਰ ਬਹੁਤ ਟਾਈਮ ਬਾਅਦ ਅਸੀਂ ਸਪੈਸ਼ਲੀ ਉਹਨਾਂ ਨੂੰ ਲੈ ਕੇ ਆਏ ਆ ਇੱਥੇ ਪਤਾ ਨਹੀਂ ਕਿੱਥੇ ਬਿਜ਼ੀ ਸੀਗੇ ਅੱਜ ਉਹਨਾਂ ਕੋਲ ਹੀ ਜਾਣਾਂਗੇ ਸੋ ਅੱਜ ਮੈਂ ਯੂਕੇ ਨੂੰ ਲੈ ਕੇ ਗੱਲ ਕਰਾਂਗੀ ਕੈਨੇਡਾ ਆਸਟ੍ਰੇਲੀਆ ਸਾਰੀ ਕੰਟਰੀਜ਼ ਨੂੰ ਲੈ ਕੇ ਡਿਸਕਸ ਹੋਏਗਾ ਕਰੀਅਰ ਓਵਰਸੀਜ਼ ਆਲਮੋਸਟ ਬਹੁਤ ਬੱਚੇ ਜਾਣਦੇ ਨੇ ਕਿਉਂਕਿ 13 ਸਾਲ ਪੁਰਾਣੀ ਕੰਪਨੀ ਹੈਗੀ ਆ ਕੋਈ ਨਵੀਂ ਕੰਪਨੀ ਨਹੀਂ ਆ ਪਰ ਬਹੁਤ ਨਵੀਂ ਆਡੀਅנס ਜੁੜਦੀ ਹੈ ਕਿ ਕਿੱਦਾਂ ਦੀ ਕੰਪਨੀ ਹੈਗੀ ਆ ਕਿਸ ਤਰੀਕੇ ਦੇ ਨਾਲ ਉਹ ਕੰਮ ਕਰਦੀ ਹੈ ਸਾਰਾ ਕੁਝ ਜਾਣਨ ਨੂੰ ਅੱਜ ਦੇ ਸ਼ੋਅ ਦੇ ਵਿੱਚ ਮਿਲੇਗਾ ਸਵਾਗਤ ਕਰ ਲੈਨੇ ਆਪਾਂ ਨਾ ਹੈਲੋ ਸਰ ਵੈਲਕਮ ਟੂ ਦ ਸ਼ੋਅ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਪਿਆਰ ਭਰੀ ਨਮਸਤੇ ਸੋ ਮੈਂ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦੇਣੀ ਆ ਜੀ ਕਿ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਆ ਜਿਹੜੇ ਨੰਬਰ ਫਲੈਸ਼ ਹੋ ਰਹੇ ਨੇ ਨਾ ਇਹਨਾਂ ਨੂੰ ਤੁਸੀਂ ਨੋਟ ਕਰਕੇ ਰੱਖਣਾ ਉਹਦੇ ਥੱਲੇ ਐਡਰੈਸ ਆਫਿਸ ਦਾ ਵੀ ਫਲੈਸ਼ ਹੋ ਰਿਹਾ ਉਹਨੂੰ ਨੋਟ ਕਰਕੇ ਰੱਖਣਾ ਆਫਿਸ ਦੇ ਵਿੱਚ ਵਿਜ਼ਿਟ ਕਰਨਾ ਹੈਗਾ ਆ ਪਹਿਲਾਂ ਫੋਨ ਤੇ ਗੱਲ ਕਰ ਲਓ ਅਪਾਇੰਟਮੈਂਟ ਲੈ ਲਓ ਆਪਣੇ WhatsApp ਕਰ ਦਿਓ ਡਾਕੂਮੈਂਟਸ ਹਨਾ ਸਾਰਾ ਕੁਝ ਜੋ ਵੀ ਪ੍ਰੋਸੀਜਰ ਹੁੰਦਾ ਹੈ ਸੋ ਸਰ ਸਭ ਤੋਂ ਪਹਿਲਾਂ ਜਿਵੇਂ ਮੈਂ ਸ਼ੁਰੂਆਤ ਕੀਤੀ ਕਿੱਥੇ ਸੀਗੇ 2 ਸਾਲ ਬੜੀ ਮੁਸ਼ਕਲ ਨਾਲ ਤੁਹਾਡਾ ਟਾਈਮ ਮਿਲਿਆ ਸਾਨੂੰ ਮੈਂ ਜੀ ਇੱਕ ਗੱਲ ਨਾ ਚਾਹਵਾਂਗਾ ਪਹਿਲੇ ਤਾਂ ਥੈਂਕਸ ਹੈ ਇਸ ਚੈਨਲ ਦਾ ਵੀ ਐਕਚੁਅਲ ਦੇ ਵਿੱਚ ਜਿਹੜਾ ਡੇਢ ਦੋ ਸਾਲ ਸੀਗਾ ਜੀ ਕੁਝ ਪਰਸਨਲ ਕਮਿਟਮੈਂਟ ਸਿਗੀਆਂ ਤੇ ਕੁਝ ਮੈਂ ਕੁਝ ਜਿਵੇਂ ਆਇਆ ਲਗਾ ਲੋ ਵੀ ਕੋਵਿਡ ਸਾਨੂੰ ਕੋਈ ਚੀਜ਼ਾਂ ਸਿਖਾ ਗਿਆ ਇਹ ਸਭ ਨੂੰ ਸਿਖਾ ਕੇ ਗਿਆ ਇਕੱਲਾ ਮਨ ਨੂੰ ਨਹੀਂ ਬਟ ਮਨ ਨੂੰ ਕੋਈ ਸੱਚ ਦੱਸਦੇ ਝਿਜਕ ਵੀ ਨਹੀਂ ਹੁੰਦੀ ਹੂੰ ਕੁਝ ਮੈਂ ਆਪਣੇ ਕੁਝ ਪ੍ਰੋਜੈਕਟ ਸੀਗੇ ਆਪਣੇ ਯਾਰਾਂ ਦੋਸਤਾਂ ਦੇ ਉਹਨਾਂ ਦੇ ਵਿੱਚ ਕੁਝ ਇਨਵੈਸਟਮੈਂਟ ਕੀਤੀ ਹੋਈ ਸੀ ਤੇ ਕੁਝ ਉਧਰ ਬਿਜ਼ੀ ਸੀਗਾ ਤੇ ਕੁਝ ਮੈਂ ਐ ਲਾ ਲਓ ਵੀ ਜਿਹੜੇ ਡੇਲੀ ਨੀਡਸ ਦਾ ਆਪਾਂ ਨੂੰ ਜਿਹੜਾ ਗਰੋਸਰੀ ਚਾਹੀਦੀ ਹੈ ਉਹਦੇ ਚ ਹੌਲ ਸੇਲ ਦੇ ਕੰਮ ਦੇ ਵਿੱਚ ਥੋੜਾ ਜਿਹਾ ਬਿਜ਼ੀ ਸੀਗਾ ਔਰ ਐਵੇਂ ਨਹੀਂ ਬੇਸਿਕਲੀ ਬ੍ਰਦਰ ਦੇਖ ਰਹੀ ਸੀਗੇ ਬਟ ਮਨੂੰ ਇਹ ਲੱਗਾ ਵੀ ਹੁਣ ਜਿਹੜਾ ਟਾਈਮ ਹੈ ਨਾ ਦੇਖੋ ਇਸ ਟਾਈਮ ਨਾਲ ਜਿਹੜਾ ਟਾਈਮ ਚੱਲ ਰਿਹਾ ਹੈ ਕੁਝ ਸੈਂਟੀਮੈਂਟਸ ਨੇ ਇੱਕ ਮੈਨੂੰ ਬੜਾ ਅੱਛਾ ਲੱਗਾ ਵੀ ਜਿਹੜਾ ਆਪਣੀ ਇਹ ਨਵੀਂ ਗਵਰਨਮੈਂਟ ਅੱਛੇ ਕੰਮ ਕਰ ਰਹੀ ਹੈਗੀ ਹੈ ਹਰ ਦੀ ਭਲਾਈ ਵਾਸਤੇ ਕਰ ਰਹੀ ਹੈਗੀ ਹੈ ਤੇ ਅਸੀਂ ਹਮੇਸ਼ਾ 13 ਸਾਲਾਂ ਤੋਂ ਸਹੀ ਤੇ ਸੱਚੀ ਸਲਾਹ ਜਿਹੜੀ ਕਰੀਅਰ ওভারਸੀਜ਼ ਹੈ ਕੋਈ 4000 ਵੀਜ਼ਾ ਡਿਲੀਵਰ ਕਰ ਚੁੱਕੀ ਹੈਗੀ ਹੈ ਅਸੀਂ ਤੁਹਾਡੇ ਵਾਸਤੇ ਕੁਝ ਨਵੀਆਂ ਚੀਜ਼ਾਂ ਲੈ ਕੇ ਆਏ ਆ ਜਿਹੜਾ ਜਿੰਦੇ ਵਿੱਚ ਤੁਹਾਡਾ ਪੈਸਾ ਵੀ ਬਚੇਗਾ ਟਾਈਮ ਵੀ ਬਚੇਗਾ ਤੇ ਸਹੀ ਤੇ ਸੱਚੀ ਸਲਾਹ ਤੁਹਾਡੇ ਘਰ ਤੱਕ ਪਹੁੰਚੇਗੀ ਚਾਹੇ ਉਹ WhatsApp ਹੋਵੇ ਚਾਹੇ Instagram ਹੋਵੇ ਚਾਹੇ YouTube ਹੋਵੇ ਬੜਾ ਸਹੀ ਤੁਹਾਡੀ ਇਹ ਕਹਿਣ ਲਾ ਲੋ ਵੀ ਪੁੰਨ ਦਾ ਪੁੰਨ ਤੇ ਫਲੀਆਂ ਦੀਆਂ ਫਲੀਆਂ ਵਾਲਾ ਅਸੀਂ ਕੰਮ ਕਰਦੇ ਆ ਰਹੇ ਆਂ ਔਰ ਉਹਦੇ ਵਿੱਚ ਅਸੀਂ ਕਾਫੀ ਨਾਮ ਵੀ ਕਮਾਇਆ ਔਰ ਥੈਂਕਸ ਹੈ ਸਾਰੇ ਸਾਡੇ ਵੀਵਰਸ ਦਾ ਸਾਡੇ ਕਲਾਇੰਟਸ ਦਾ ਜਿੰਨੇ ਕਰਕੇ ਅਸੀਂ ਇੱਥੇ ਤੱਕ ਪਹੁੰਚੇ ਬਿਲਕੁਲ ਜੀ ਜਿਹੜੇ ਸਰ ਅੱਛਾ ਨਵੀਂ ਆਡੀਅנס ਜੁੜੀ ਆ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਬੱਚੇ ਹੁਣੇ ਪੜ ਕੇ ਹਟੇ ਨੇ ਤੋਸੀ ਉਸ ਨੂੰ ਆਪਣੀ ਕੰਪਨੀ ਬਾਰੇ ਮਚਾਨੀ ਹੈ ਕਿ ਥੋੜਾ ਜਿਹਾ ਉਹਨਾਂ ਨੂੰ ਦੱਸ ਦੋ ਤਾਂ ਕਿ ਬੱਚਾ ਨੂੰ ਪਤਾ ਲੱਗ ਸਕੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੰਨੀਆਂ ਕੰਪਨੀਆਂ ਹੋ ਗਈਆਂ ਨੇ ਹਰ ਕੋਈ ਕਹਿ ਰਿਹਾ ਕਿ ਅਸੀਂ ਬੈਸਟ ਹੈਗੇ ਆ ਤੇ ਬੱਚਾ ਹੀ ਕਨਫਿਊਜ਼ ਹੋਇਆ ਪਿਆ ਹੈ ਕਿ ਹਰ ਕੋਈ ਆਪਣੇ ਆਪ ਨੂੰ ਬੈਸਟ ਕਹਿ ਰਿਹਾ ਤਾਂ ਮੈਂ ਕਿਹਦੇ ਕੋਲ ਜਾਵਾਂ ਹੁਣ ਦੇਖੋ ਜੀ ਮੈਂ ਇੱਕ ਗੱਲ ਦੱਸਦਾ ਹੈਗਾ ਦੇਖੋ ਹਰੇਕ ਆਪ ਦਾ ਆਫਿਸ ਜਾਂ ਬਿਜ਼ਨਸ ਖੋਲ ਕੇ ਬੈਠਾ ਹੈਗਾ ਔਰ ਇੱਕ ਅਫਸੋਸ ਵੀ ਹੈ ਇਹ ਨਹੀਂ ਅਸੀਂ ਕਹਿੰਨੇ ਅਸੀਂ ਦੁੱਧ ਦੇ ਤੁਲੇ ਹੈਗੇ ਆ ਇੱਕ ਅਫਸੋਸ ਹੈ ਬਈ ਆਵਦੇ ਕੰਮ ਦੇ ਨਾਲ ਜਿਹੜੇ ਕੰਸਲਟੈਂਟ ਆ ਇਮਾਨਦਾਰੀ ਨਹੀਂ ਕਰਦੇ ਹਮ ਇਮਾਨਦਾਰੀ ਦੇ ਵਿੱਚ ਅਸੀਂ ਵੀ ਇਹ ਨਹੀਂ ਹੈ ਵੀ ਸਾਡਾ ਕੋਈ ਆਫਰ ਲੈਟਰ ਲੇਟ ਆਇਆ ਜਾਂ ਫਾਈਲ ਐਮਬੈਸੀ ਚ ਹੈ ਤੇ ਅਸੀਂ ਵੀ ਥੋੜਾ ਬੋਤਾ ਦੱਸ ਦਿੰਨੇ ਹੈਗੇ ਆ ਵੀ ਇੰਨਾ ਟਾਈਮ ਲੱਗੇਗਾ ਜਿਹੜਾ ਇੱਕ ਜਾਇਜ਼ ਹੈ ਦੱਸਣਾ ਕਿਉਂਕਿ ਬੰਦੇ ਦਾ ਮਨ ਟਿਕਿਆ ਰਹੇ ਜਿਆਦਾਤਰ ਜਦੋਂ ਝੂਠ ਬੋਲ ਕੇ ਕੰਸਲਟੈਂਟ ਬੱਚੇ ਨਾਲ ਐਗਰੀਮੈਂਟ ਕਰਦੇ ਆ ਜਾਂ ਕਾਉਂਸਲਿੰਗ ਦੇ ਥਰੂ ਇਹ ਚੰਗੀਆਂ ਕਾਉਂਸਲਰ ਰੱਖ ਕੇ ਮਹਿੰਗੀਆਂ ਕਾਉਂਸਲਰ ਲੈ ਕੇ ਉਹਨਾਂ ਦਾ ਟਾਰਗੇਟ ਅਚੀਵ ਕਰਵਾਉਂਦੇ ਆ ਪੈਸੇ ਕਮਾਣ ਦੀ ਸੋਚਦੇ ਆ ਨਾ ਕਿ ਦੋਨੋਂ ਕੰਮ ਹੋਣ ਵੀ ਬੱਚੇ ਦਾ ਫਿਊਚਰ ਵੀ ਬਣ ਜਾਵੇ ਔਰ ਉਹਨੂੰ ਸੱਚ ਦੱਸ ਕੇ ਉਹਨੂੰ ਸਹੀ ਡੈਸਟੀਨੇਸ਼ਨ ਤੇ ਪਹੁੰਚਾਇਆ ਜਾਵੇ ਇਹ ਚੀਜ਼ਾਂ ਵਾਸਤੇ ਕਰੀਅਰ ਓਵਰਸੀਜ਼ ਕੰਮ ਕਰਦਾ ਹੈਗਾ ਸਾਡੀ ਇੱਕੋ ਖਾਸੀਅਤ ਹੈ ਜਿਹੜੀ ਬਾਕੀਆਂ ਨਾਲੋਂ ਲੱਗ ਗਿਆ ਜੀ ਹਮ ਕੈਨੇਡਾ ਦੀ ਜਿਹੜੀ ਐਲੀਜੀਬਿਲਟੀ ਹੈ ਸਭ ਨੂੰ ਪਤਾ ਹੈ ਆਸਟ੍ਰੇਲੀਆ ਦੀ ਐਲੀਜੀਬਿਲਟੀ ਸਭ ਨੂੰ ਪਤਾ ਹੈ ਕਿ ਯੂਕੇ ਦੀ ਐਲੀਜੀਬਿਲਟੀ ਸਭ ਨੂੰ ਪਤਾ ਹੈ ਸਿਰਫ ਬੱਚਾ ਚਾਹੁੰਦਾ ਕੀ ਹੈ ਵੀ ਮੇਰਾ ਇੱਕ ਅੱਛੀ ਕੰਪਨੀ ਤੋਂ ਇੱਕ ਢੰਗ ਦੀ ਕੰਪਨੀ ਤੋਂ ਮੇਰਾ ਕੰਮ ਹੋ ਜਾਵੇ ਜਿੱਥੇ ਮੈਂ ਜਾਣਾ ਚਾਹਨਾ ਅਸੀਂ ਇਹ ਜ਼ਰੂਰ ਕਹਿ ਸਕਦੇ ਹਾਂ ਬੈਸਟ ਦੀ ਗੱਲ ਸਾਡਾ ਕੰਮ ਬੋਲੇਗਾ ਅਸੀਂ ਆਪ ਦਾ ਜਿਹੜਾ ਵੀ ਤੁਸੀਂ ਸਾਡੇ ਤੋਂ ਇੱਕ ਟਰਸਟ ਕਰਕੇ ਚੰਡੀਗੜ੍ਹ ਕਰੀਅਰ ਓਵਰਸੀਜ਼ ਆਨੇ ਹੋ ਨਾ ਆਪਦੇ ਪੇਰੈਂਟਸ ਨੂੰ ਲੈ ਕੇ ਆਇਆ ਕਰੋ origignal document ਲੈ ਕੇ ਆਇਆ ਕਰੋ ਉਨੇ ਨਾਲ ਦੋ ਚੀਜ਼ਾਂ ਰਹਿੰਦੀਆਂ ਨੇ ਇੱਕ ਤੁਹਾਨੂੰ ਡਿਸੀਜਨਿੰਗ ਜਲਦੀ ਹੋ ਜਾਂਦੀ ਹੈ ਇੱਕ ਤੁਹਾਡੇ ਜਿਹੜੇ ਵੱਡੇ ਗਾਰਡੀਅਨ ਜਾਂ ਕੋਈ ਵੀ ਵੱਡੇ ਆਂਦੇ ਉਹਨਾਂ ਨੇ ਦੁਨੀਆਦਾਰੀ ਵੇਖੀ ਹੁੰਦੀ ਹੈ ਉਹ ਵੀ ਚੈੱਕ ਕਰਦੇ ਆ ਕਿ ਕਿਵੇਂ ਦਾ ਮਾਹੌਲ ਹੈ ਦੇਖੋ ਬੋਲ ਕੇ ਤਾਂ ਮੈਂ ਚਲਾ ਗਿਆ ਜੇ ਉਹ ਚੀਜ਼ਾਂ ਸਾਡਾ ਸਟਾਫ ਡਿਲੀਵਰ ਨਹੀਂ ਕਰ ਪਾਏਗਾ ਜਾਂ ਸਾਡੀ ਟੀਮ ਡਿਲੀਵਰ ਨਹੀਂ ਕਰ ਪਾਏਗੀ ਤੇ 13 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ ਨਾ ਉਹ ਤੁਹਾਡੇ ਵਾਸਤੇ ਜ਼ੀਰੋ ਹੈ ਤੇ ਇਸ ਕਰਕੇ ਤੁਹਾਡੀਆਂ ਇਹ ਜਿਹੜੀਆਂ ਚੀਜ਼ਾਂ ਮੈਂ ਦੱਸਦਾ ਨਾ ਸਾਡਾ ਮਕਸਦ ਹੈ ਸਹੀ ਤੇ ਸੱਚੀ ਸਲਾਹ ਦੇਣਾ ਤੁਹਾਨੂੰ ਪੈਸਾ ਤੇ ਟਾਈਮ ਤੁਹਾਡਾ ਬਚਾ ਕੇ ਦੇਣਾ ਔਰ ਤੁਸੀਂ ਚਾਹੇ 10ਵੀਂ ਪਾਸ ਹੋ ਜਾਂ 12ਵੀਂ ਪਾਸ ਹੋ ਜਾਂ ਉਮਰ ਜ਼ਿਆਦਾ ਹੋ ਗਈ ਹੈ ਜਾਂ ਗੈਪ ਜ਼ਿਆਦਾ ਹੋ ਗਿਆ ਹੈ ਜਾਂ ਤੁਹਾਡੇ ਕੋਲ ਪੀਆਰ ਅਪਲਾਈ ਕੀਤੀ ਸੀ ਜਾਂ ਕੋਈ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਜਾਂ ਕੋਈ ਵਰਕ ਪਰਮਿਟ ਦੇ ਨਾਮ ਤੋਂ ਧੋਖਾ ਹੋ ਗਿਆ ਜਾਂ ਕੋਈ ਸਟੱਡੀ ਵੀਜ਼ਾ ਅਪਲਾਈ ਕੀਤਾ ਸੀ ਰਿਫਿਊਜ਼ ਹੋ ਲਾਂਗੀ ਹੂੰ ਹੂੰ ਉਹਦੇ ਵਾਸਤੇ ਅਸੀਂ ਐਕਸਪਰਟਾਂ 13 ਸਾਲਾਂ ਤੋਂ ਤੁਸੀਂ ਸਿੰਪਲ ਹੈ ਸਾਨੂੰ ਵਾਇਸ ਨੋਟ ਭੇਜੋ ਡਾਕੂਮੈਂਟ ਭੇਜੋ ਸਾਡੇ ਵਟਸਐਪ ਨੰਬਰ ਤੇ 24 ਘੰਟੇ ਚ ਮੈਂ ਖੁਦ ਰਿਪਲਾਈ ਕਰਦਾ ਹੈਗਾ ਔਰ ਉਸ ਤੋਂ ਬਾਅਦ ਨੇੜੇ ਤੇੜੇ ਵੀ ਤੁਸੀਂ ਕਿਤੇ ਅਪਲਾਈ ਕਰਦੇ ਹੋ ਨਾ ਸਾਡੀ ਕਾਉਂਸਲਿੰਗ ਲੈਣ ਤੋਂ ਬਾਅਦ ਸਾਡੀ ਕਾਉਂਸਲਿੰਗ ਤੇ ਬਾਕੀਆਂ ਦੀ ਕਾਉਂਸਲਿੰਗ 'ਚ ਫਰਕ ਪਤਾ ਲੱਗ ਜਾਊਗਾ ਫਿਰ ਜਿਹੜਾ ਪੇ ਆਫਟਰ ਵੀਜ਼ਾ ਪੈਕੇਜ ਲਓਂਗੇ ਚਾਹੇ ਸਾਡੇ ਤੋਂ ਲਓ ਚਾਹੇ ਕਿਸੇ ਤੋਂ ਲਓ 2 ਕ ਲੱਖ ਰੁਪਏ ਦਾ ਫਰਕ ਬਾਕੀ ਕੰਸਲਟੈਂਟ ਨਾਲੋਂ ਕਰੀਅਰ ਓਵਰਸੀਜ਼ ਗਾਰੰਟੀਡ ਹੈ ਘੱਟ ਦਊਗਾ ਇਹ ਜੇ ਤੁਸੀਂ ਨਹੀਂ ਜਾਣਾ ਤੁਹਾਡੇ ਆਂਢੀ ਗੁਆਢੀ ਹੈ ਯਾਰ ਦੋਸ ਰਿਸ਼ਤੇਦਾਰ ਨੇ ਜਾਣਾ ਸਾਡਾ ਨਾਮ ਇੱਕ ਵਾਰ ਜ਼ਰੂਰ ਰეკਮੈਂਡ ਕਰਿਆ ਜੇ ਇਹ ਗਾਰੰਟੀ ਹੈ ਤੁਸੀਂ ਸਾਡਾ ਨੰਬਰ ਸ਼ੇਅਰ ਕਰਕੇ ਉਸ ਬੰਦੇ ਦੀ ਹੈਲਪ ਕਰੋਗੇ ਉਹਨਾਂ ਦਾ ਪੈਸਾ ਤੇ ਟਾਈਮ ਬਚਾਓਗੇ ਔਰ ਸਹੀ ਤੇ ਸੱਚੀ ਸਲਾਹ ਗਾਰੰਟੀਡ ਹੈ ਮਿਲੇਗੀ ਹੀ ਮਿਲੇਗੀ ਬਿਲਕੁਲ ਜੀ ਬਿਲਕੁਲ ਸੋ ਸਹੀ ਤੇ ਸੱਚੀ ਸਲਾਹ ਇਹ ਹੀ ਇੱਕ ਟੈਗ ਲਾਈਨ ਸ਼ੁਰੂ ਤੋਂ 13 ਸਾਲਾਂ ਤੋਂ ਰਹੀ ਹੈਗੀ ਆ ਕਰੀਅਰ ਓਵਰ ਸੀਜ਼ ਦੀ ਤੇ ਆਈ ਹੋਪ ਤੁਹਾਨੂੰ ਵੀ ਇੱਕ ਸਹੀ ਤੇ ਸੱਚੀ ਸਲਾਹ ਜਿਹੜੀ ਆ ਜਦੋਂ ਤੁਸੀਂ ਆਫਿਸ ਦੇ ਵਿੱਚ ਪਹੁੰਚੋਗੇ ਜਾਂ ਫੋਨ ਕਰੋਗੇ ਜ਼ਰੂਰ ਮਿਲੇਗੀ ਇੱਕ ਸਹੀ ਤਰੀਕੇ ਦੇ ਨਾਲ ਤੁਹਾਡਾ ਡ੍ਰੀਮ ਜਿਹੜਾ ਉਹ ਵੀ ਜ਼ਰੂਰ ਪੂਰਾ ਹੋਏਗਾ ਨੰਬਰ ਆਗੇ ਨੇ ਜੀ ਤੁਹਾਡੇ ਕੋਲ ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਰਹੇ ਨੇ ਤੁਸੀਂ ਨੋਟ ਕਰਨੇ ਹੈਗੇ ਨੇ ਅੱਛਾ ਸਰ ਅਜਾ ਸਿਨੈਰੀਓ ਦੀ ਅਸੀਂ ਜੇਕਰ ਗੱਲ ਕਰੀਏ ਬਹੁਤ ਚੇਂਜੇਜ਼ ਆਉਂਦੇ ਜਾ ਰਹੇ ਨੇ ਹਨਾ ਕੰਪਨੀਆਂਜ਼ ਨੂੰ ਲੈ ਕੇ ਔਰ ਕੰਪਨੀਆਂਜ਼ ਵੈਸੇ ਇੰਨੀਆਂ ਖੁੱਲ ਗਈਆਂ ਨੇ ਦੂਜੇ ਪਾਸੇ ਕੰਟਰੀਜ਼ ਕੋਵਿਡ ਤੋਂ ਬਾਅਦ ਹੋਰ ਹੀ ਸਿਨੈਰੀਓ ਚੇਂਜ ਹੋ ਗਿਆ ਸੋ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਹੜੀ ਸਹੀ ਤੇ ਸੱਚੀ ਸਲਾਹ ਬੱਚਿਆਂ ਨੂੰ ਦੋਗੇ ਮੈਂ ਜੀ ਪਹਿਲੇ ਸਹੀ ਤੇ ਸੱਚੀ ਸਲਾਹ ਵੈਸੇ ਤਾਂ ਦੇਖੋ ਮੈਮ ਇੱਕ ਗੱਲ ਜਗਜ ਸਾਡੇ ਇਹ ਸ਼ੋਅ ਇਸ ਚੈਨਲ ਤੇ ਹਮੇਸ਼ਾ ਅੰਦਾ ਰਹੇਗਾ ਜੀ ਜੀ ਵੈਸੇ ਜੇ ਮੇਰੀ YouTube ਚੈੱਕ ਕਰੋ ਜਾਂ Insta ਜਾਂ ਸਾਰਾ ਤੁਹਾਨੂੰ ਸਾਰਾ ਪਤਾ ਲੱਗ ਜਾਏਗਾ ਸੀ ਕਿੰਨੇ ਪੁਰਾਣੇ ਆ ਕਿੰਨੇ ਰਿਜ਼ਲਟ ਡਿਲੀਵਰ ਕਰ ਚੁੱਕੇ ਆ ਹੂੰ 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 ਮੇਰਾ ਇੱਕ ਮਨ ਹੈ ਦੇਖੋ ਆਸਟ੍ਰੇਲੀਆ ਜਿਹੜਾ ਸਟੱਡੀ ਵੀਜ਼ਾ ਹੈਗਾ ਪਤਾ ਹੈ ਸਭ ਨੂੰ 6 ਬੈਂਡ ਤੇ ਅਪਲਾਈ ਕਰ ਸਕਦੇ ਹੋ ਪਰਸੈਂਟੇਜ 60 65% ਹੋਣੀ ਚਾਹੀਦੀ ਹੈ ਸਾਲ 2 ਸਾਲ ਜਿਆਦਾ ਗੈਪ ਨਹੀਂ ਹੋਣਾ ਚਾਹੀਦਾ ਬਟ ਇੱਕ ਧਿਆਨ ਰੱਖਿਆ ਜੇ ਜਿਨ੍ਹਾਂ ਨੇ ਸਾਡੇ ਤੋਂ ਫਾਈਲ ਅਪਲਾਈ ਕਰੀ ਐ ਚਾਹੇ ਨਹੀਂ ਕਰੀ ਆਸਟ੍ਰੇਲੀਆ ਦੇ ਵੀਜ਼ਾਸ ਨੂੰ ਹੂੰ 2 ਤੋਂ 3 ਮਹੀਨੇ ਲੱਗ ਰਹੇ ਨੇ ਜਿਹੜੀਆਂ ਫਾਈਲਾਂ ਐਮਬੈਸੀ ਚ ਨੇ ਐਟ ਪ੍ਰੈਜ਼ੈਂਟ ਕਿਉਂ ਲੱਗ ਰਹੇ ਨੇ ਪਹਿਲੇ ਜਿਹੜੇ ਕੰਸਲਟੈਂਟ ਸੀਗੇ ਜਿਹੜੇ 20 ਜਾਂ 21 ਦੇ ਵਿੱਚ ਉਹਨਾਂ ਨੇ ਫਾਈਲਾਂ ਜਾਲੀ ਡਾਕੂਮੈਂਟਸ ਜਾਂ ਟੈਂਪਰ ਕਰਕੇ ਲਗਾਈਆਂ ਉਹਨਾਂ ਦੀ ਚੈਕਿੰਗ ਹੋਈ 에ਅਰਪੋਰਟ ਤੋਂ ਬੱਚੇ ਆਸਟ੍ਰੇਲੀਆ ਤੋਂ ਵਾਪਿਸ ਹੋ ਗਏ ਇਹ ਤੁਹਾਡੇ ਨਾਲ ਨਾ ਹੋਵੇ ਪੈਕੇਜ ਕਰਨ ਤੋਂ ਪਹਿਲਾਂ ਇਹ ਚੀਜ਼ਾਂ ਧਿਆਨ ਰੱਖਿਆ ਜੇ ਜੇ ਤੁਹਾਡੀ ਫਾਈਲ ਵੀ ਲੱਗੀ ਹੋਈ ਹੈ ਜਿਉਂਦੇ ਵਿੱਚ ਕੋਈ ਵੀ ਡਾਕੂਮੈਂਟ ਲੱਗਿਆ ਹੈ ਨਾ ਕੋਈ ਮੈਨੂਪਲੇਟ ਕੀਤਾ ਹੋਇਆ ਹੈ ਜਾਂ ਕੋਈ ਟੈਂਪਰ ਕੀਤਾ ਹੋਇਆ ਹੈ ਤੇ ਉਹ ਰਿਜੈਕਸ਼ਨ ਹੈ ਮੈਂ ਪਹਿਲੇ ਹੀ ਦੱਸ ਦੇਣਾ ਹੈਗਾ ਹੂੰ 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 ਹੁਣ ਆ ਗਈ ਗੱਲ ਮੈਂ ਤੁਹਾਡੇ ਵਾਸਤੇ ਜਿਹੜਾ ਲੈ ਕੇ ਆਇਆ ਨਾ ਯੂਕੇ ਦਾ ਅੱਜ ਤੱਕ 100% ਵੀਜ਼ਾ ਆ ਰਿਹਾ ਹੈ ਸਿੰਪਲ ਹੈ ਤੁਹਾਡੀ ਡਾਕੂਮੈਂਟੇਸ਼ਨ オリジナル ਹੋਣੀ ਚਾਹੀਦੀ ਹੈ ਫੰਡ 28 ਦਿਨ ਪੁਰਾਣੇ ਹੋਣੇ ਚਾਹੀਦੇ オリジナル ਹੋਣੇ ਚਾਹੀਦੇ ਆਸੀਂ ਵੀਜ਼ਾ ਦੀ ਗਾਰੰਟੀ ਲੈਣੇ ਹੈਗੇ ਯੂਕੇ ਸਟੱਡੀ ਵੀਜ਼ਾ ਜੇ 12th ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਾਂ ਤੁਹਾਡੇ ਆਇਲਟਸ ਚ ਬੈਂਡ ਘਟਾ ਹੈ ਜਾਂ ਬੈਂਡ ਨਹੀਂ ਵੀ ਹੈਗੇ ਇਕੱਲੇ ਜਾਣਾ ਹੈ ਸਪਾਉਜ਼ ਨਾਲ ਜਾਣਾ ਹੈ ٹرسٹ ਕਰਕੇ ਪੇਰੈਂਟਸ ਨਾਲ ਕਰੀਅਰ ਓਵਰਸੀ ਚੰਡੀਗੜ੍ਹ ਚਾਹੇ ਤੁਸੀਂ ਬੱਸ ਜਾਂਨੇ ਹੋ ਜਾਂ ਬਾਈਕਾਰ ਆਣੇ ਹੋ ਕਿਸੇ ਚੀਜ਼ ਵੀ ਆਣੇ ਹੈਗੇ ਹੋ ਕਰੀਅਰ ਓਵਰਸੀ ਦੀ ਪੌੜੀਆਂ 'ਤੇ ਚੜਦੇ ਹੋ ਨਾ ਇਹ ਸਾਡਾ ਵਾਅਦਾ ਹੈ ਵੀ ਤੁਹਾਨੂੰ ٹرسٹ ਨਾਲ ਜੇ ਆਏ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਅਸੀਂ ਲਿਖਤ 'ਚ ਦੇਵਾਂਗੇ ਉਹ ਤੁਸੀਂ ਨੇੜੇ ਤੇੜੇ ਜੇ ਤੁਹਾਨੂੰ ਲੱਗਾ ਵੀ ਇਹ ਪ੍ਰੋਫਾਈਲ ਯੂਕੇ ਨੂੰ ਸੂਟ ਨਹੀਂ ਕਰਦੀ ਐ XYZ ਕੰਟਰੀ ਨੂੰ ਸੂਟ ਕਰਦੀ ਐ ਅਸੀਂ ਤੁਹਾਨੂੰ ਉਹ ਦੱਸਣਾ ਐ ਅਸੀਂ ਉਹ ਨਹੀਂ ਦੱਸਣਾ ਜਿੰਨੇ ਤੁਹਾਡਾ ਪੈਸਾ ਤੇ ਟਾਈਮ ਖਰਾਬ ਹੋਵੇ ਔਰ ਬਾਅਦ ਦੇ ਵਿੱਚ ਤੁਹਾਡੀ ਰਿਜੈਕਸ਼ਨ ਆਵੇ ਜੇ ਤੁਸੀਂ ਸਾਡੇ ਤੋਂ ਅਪਲਾਈ ਕਰੋਗੇ ਸਾਡੀ ਸਰਵਿਸਿਜ਼ ਚੰਗੀਆਂ ਲੱਗੀਆਂ ਤੁਸੀਂ ਚਾਰ ਗਾਖ ਹੋਰ ਦਿਓਗੇ ਚਾਰ ਹੋਰਾਂ ਨੂੰ ਰੈਫਰੈਂਸ ਦੇਵਾਂਗੇ ਉਸੇ ਦੇ ਸਦਕਾ ਅੱਜ 13 ਸਾਲ ਪੁਰਾਣੇ ਹੋ ਚੁੱਕੇ ਹੈਗੇ ਆ ਤੇ ਯੂਕੇ ਦਾ ਸਟੱਡੀ ਵੀਜ਼ਾ ਜੇ ਅਪਲਾਈ ਕਰਨਾ ਹੈ ਤੇ ਇੱਕ ਗਾਰੰਟੀ ਹੈਗੀ ਐ ਸਾਡੀ ਕੈਰੀਅਰ ਓਵਰਸੀਜ਼ ਦੀ ਨੀਰਜ ਵਡੇਰਾ ਦੀ 2.5 ਤੋਂ 2 ਲੱਖ ਰੁਪਏ ਦਾ ਪੇ ਆਫਟਰ ਵੀਜ਼ਾ ਪੈਕੇਜ ਦੇ ਵਿੱਚ ਵੀ ਸਾਡਾ ਫਰਕ ਰਹੇਗਾ ਇੱਕ ਵਾਰ ਜੇ ਸਾਨੂੰ ਤੁਸੀਂ ਅਜਮਾਣਾ ਚਾਹੋ ਤੇ ਫੋਨ ਤੇ ਅਪਾਇੰਟਮੈਂਟ ਲੈ ਕੇ ਜਾਂ WhatsApp ਤੇ ਸਾਰੇ ਡਾਕੂਮੈਂਟ ਭੇਜ ਕੇ ਤੇ ਸਾਨੂੰ ਆ ਕੇ ਮਿਲ ਸਕਦੇ ਹੈਗੇ ਬਿਲਕੁਲ ਜੀ ਬਿਲਕੁਲ ਸੋ ਤੁਹਾਨੂੰ ਦੋਨੋਂ ਆਪਸ਼ਨ ਮਿਲ ਰਹੀਆਂ ਨੇ ਕੈਰੀਅਰ ਓਵਰ ਸੀਜ਼ ਦੇ ਕੋਲੋਂ ਯੂਕੇ ਦੀ ਗੱਲ ਤੁਰ ਹੀ ਹੈਗੀ ਆਪਾਂ ਯੂਕੇ ਨੂੰ ਲੈ ਕੇ ਪਹਿਲਾਂ ਸਟਾਰਟ ਚ ਡਿਟੇਲ ਚ ਗੱਲ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਕੈਨੇਡਾ ਤੇ ਆਉਨੇ ਆ ਫਿਰ ਆਸਟ੍ਰੇਲੀਆ ਤੇ ਵੀ ਥੋੜੀ ਬਥੀ ਆਪਾਂ ਗੱਲ ਕਰਾਂਗੇ ਅੱਛਾ ਸਰ ਪੇ ਆਫਟਰ ਵੀਜ਼ਾ ਤੇ ਮੈਂ ਥੋੜੀ ਜੀ ਗੱਲ ਕਰਨਾ ਚਾਹਾਂਗੀ ਬੜੇ ਕੰਸਲਟੈਂਟ ਕਹਿ ਦਿੰਦੇ ਨੇ ਕਿ ਪੇ ਆਫਟਰ ਵੀਜ਼ਾ ਸਹੀ ਨਹੀਂ ਹੈਗਾ ਹਨਾ ਠੱਗੀ ਵੱਜ ਜਾਂਦੀ ਆ ਬੱਚੇ ਉਲਟਾ ਸੇਫ ਫੀਲ ਕਰਦੇ ਨੇ ਬੱਚਿਆਂ ਨੂੰ ਹੁੰਦਾ ਕਿ ਠੀਕ ਹੈ ਮੈਂ ਸੇਫ ਤਾਂ ਹਾਂ ਹਨਾ ਲਗਦਾ ਵੇਸਟ ਨਹੀਂ ਹੋਏਗਾ ਦੂਜੀ ਪਾਸੇ ਇਹ ਕਿਹਾ ਜਾਂਦਾ ਕਿ ਪੇ ਆਫਟਰ ਵੀਜ਼ਾ ਤੁਹਾਨੂੰ ਕਿਸੇ ਛੋਟੇ ਮੋਟੇ ਕਾਲਜ ਚ ਭੇਜ ਦਿੱਤਾ ਜਾਏਗਾ ਤਿੰਨ ਕੁ ਮਹੀਨੇ ਦੀ ਫੀਸ ਦੇ ਕੇ ਭੇਜ ਦਿੱਤਾ ਜਾਏ ਬੜੇ ਕਰਦੇ ਵੀ ਨੇ ਇਦਾਂ ਮੈਂ ਜੀ ਇਹ ਮੈਮ ਤੁਹਾਡੀ ਗੱਲ ਨਾਲ ਬਹੁਤ ਸਹਿਮਤ ਆ ਇਸ ਚੀਜ਼ ਨੂੰ ਮੈਂ ਥੋੜੀ ਜਿਹੀ ਬਾਇਫਰਕੇਟ ਕਰ ਦੇਣਾ ਹੈਗਾ ਜੀ ਜੀ ਰਹਿੰਦਾ ਕੀ ਹੈਗਾ ਪਹਿਲੇ ਤਾਂ ਜਿਹੜਾ ਕਰੀਅਰ ਓਵਰ ਸੀਜ਼ ਹੈ ਸਹੀ ਤੇ ਸੱਚੀ ਸਲਾਹ ਚੰਗੇ ਕਾਲਜ ਔਰ ਯਾ ਚੰਗੀ ਯੂਨੀਵਰਸਿਟੀ ਨਾਲ ਡੀਲ ਕਰਦਾ ਜਦੋਂ ਤੁਸੀਂ ਸਾਡੇ ਕੋਲ ਆਨੇ ਹੋ ਪੈਕੇਜ 1 ਲੱਖ 2 ਲੱਖ ਦਾ ਵੈਰੀ ਕਰੇਗਾ ਹਮ ਯੂਨੀਵਰਸਿਟੀ ਤੇ ਕਾਲਜ ਦੀ ਫੀਸ ਦਾ ਹਮ ਅਸੀਂ ਤੁਹਾਨੂੰ ਪਹਿਲੇ ਹੀ ਦੱਸ ਦੇਣਾ ਹੈ ਜਾਂ ਇਹ ਕਾਲਜ ਹੋ ਸਕਦਾ ਹੈ ਜਾਂ ਇਹ ਯੂਨੀਵਰਸਿਟੀ ਹੋ ਸਕਦੀ ਹੈ 3 ਮਹੀਨੇ ਦੀ ਫੀਸ ਜਾਂ 4 4000 ਪੌਂਡ ਦੇ ਕੇ ਅਸੀਂ ਕੈਸ ਲੈਟਰ ਨਹੀਂ ਲੈਂਦੇ ਇਹ ਮੈਂ ਏਜੰਟਸ ਨੂੰ ਵੀ ਕਹਿ ਰਿਹਾ ਹਮ 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 ਹੁੰਦਾ ਕੀ ਹੈ ਏਜੰਟਸ ਚਾਹੁੰਦਾ ਹੈ ਕਿ ਆਫਟਰ ਵੀਜ਼ਾ ਚ ਮੈਨੂੰ ਵੱਧ ਤੋਂ ਵੱਧ ਬਚੇ ਕਲਾਇੰਟ ਚਾਹੁੰਦਾ ਹੈ ਵੀ ਮੇਰਾ ਘੱਟ ਤੋਂ ਘੱਟ ਪੈਸੇ ਲੱਗਣ ਔਰ ਮੇਰਾ ਪਹਿਲੇ ਰਿਸਕ ਨਾ ਰਵੇ ਇਹ ਚੀਜ਼ਾਂ ਨੂੰ ਦੋਨਾਂ ਨੂੰ ਕਰੀਅਰ ਓਵਰਸੀਜ਼ ਕਵਰ ਕਿਦਾਂ ਕਰਦਾ ਹੈ ਜਿੱਦਾਂ ਤੁਸੀਂ ਯੂਨੀਵਰਸਿਟੀ ਦੀ ਫੀਸ ਹੈ ਸਪੋਜ਼ 6 ਲੱਖ ਜਾਣੀ ਹੈ ਫੰਡ ਤੁਹਾਡੇ ਕੋਲ ਹੋਣੇ ਚਾਹੀਦੇ ਇੱਕ ਹੋਰ ਮੈਂ ਗੱਲ ਕਹਦਾ ਜੇ ਤੁਸੀਂ ਪੇ ਆਫਟਰ ਵੀਜ਼ਾ ਕਰਨਾ ਚਾ ਰਹੇ ਹੋ ਚਾਹੇ ਮੇਰੇ ਤੋਂ ਜਾਂ ਕਿਸੇ ਤੋਂ ਪਹਿਲੇ ਤਾਂ ਤੁਹਾਡੇ ਕੋਲ ਪੈਸਾ ਹੋਣਾ ਚਾਹੀਦਾ ਇਹ ਨਹੀਂ ਹੋਏ ਵੀ ਮੈਂ ਆਪਦੇ ਮਾਮੇ ਤੋਂ ਪੜਨਾ ਹੈ ਮੈਂ ਚਾਚੇ ਤੋਂ ਪੜਨਾ ਹੈ ਜਾਂ ਮੈਂ ਆਪਦੇ ਆੜਤੀ ਤੋਂ ਲੈ ਕੇ ਆਣਾ ਐਵੀਆਂ ਦੀਆਂ ਚੀਜ਼ਾਂ ਨਹੀਂ ਕਰਨੀਆਂ ਬਿਕੋਜ਼ ਇਹ ਡੇਢ ਦੋ ਮਹੀਨੇ ਦੇ ਪ੍ਰੋਸੈਸ ਵਿੱਚ ਹੀ ਸਾਰਾ ਕੰਮ ਹੋ ਜਾਂਦਾ ਬਟ ਸਾਡੇ ਕੋਲੋਂ ਜਿਹੜੀਆਂ ਟਾਪ ਯੂਨੀਵਰਸਿਟੀਆਂ ਜਾਂ ਟਾਪ ਕਾਲਜ ਹੈ ਸਿੰਪਲ ਉਹੀ ਨੇ ਇਹ ਨਹੀਂ ਹੈ ਵੀ ਕੱਲ ਨੂੰ ਤੁਸੀਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਗਏ ਉਹ ਬੰਦ ਹੋ ਜਾਵੇ ਜਾਂ ਤੁਹਾਨੂੰ ਉਹ ਐਂਟਰਟੇਨ ਹੀ ਨਾ ਕਰੇ ਜਾਂ ਤੁਹਾਨੂੰ ਕੱਲ ਨੂੰ ਵਰਕ ਰਾਈਟਸ ਨਾ ਮਿਲਣ ਐਵੇਂ ਦਾ ਕੁਝ ਨਹੀਂ ਹੈ ਇਹ ਅਸੀਂ ਰਿਟਰਨ ਚ ਦੇਾਂਗੇ ਆਫਟਰ ਯਾਨੀ ਤੁਸੀਂ ਰੀਚਿੰਗ ਤੋਂ ਬਾਅਦ ਵੀ ਅਸੀਂ ਤੁਹਾਡੀ ਉੱਥੇ ਵੀ ਉਂਗਲੀ ਫੜਦੇ ਹਾਂ ਜਿੰਨੇ ਵਿੱਚ ਬੈਂਕ ਅਕਾਊਂਟ ਖੁਲਾਣਾ ਹੈ ਅਕੋਮੋਡੇਸ਼ਨ ਲੈਣਾ ਹੈ ਕਾਫੀ ਬੱਚਿਆਂ ਨੂੰ ਇਹ ਚੀਜ਼ਾਂ ਦੀ ਪਰੇਸ਼ਾਨੀ ਆਂਦੀ ਹੈਗੀ ਹੈ ਬਟ ਇੱਕ ਗੱਲ ਹੈ ਸਾਡੇ ਤੋਂ ਜੇ ਤੁਸੀਂ ਪੈਕੇਜ ਵੀ ਕਰਨਾ ਚਾਹੁੰਦੇ ਹੋ ਬੀ ਆਫਟਰ ਵੀਜ਼ਾ ਦਾ ਤੇ 2 ਲੱਖ ਰੁਪਏ ਦਾ ਫਰਕ ਹੈ ਬਾਕੀ ਕੰਸਲਟੈਂਟ ਨਾਲੋਂ ਜੇ ਤੁਸੀਂ ਕਹਿੰਦੇ ਹੋ ਨਹੀਂ ਮੈਂ ਪੈਕੇਜ ਨਹੀਂ ਕਰਾਣਾ ਮੇਰੇ ਕੋਲ ਪੈਸੇ ਆਫਰੰਟ ਹੈਗੇ ਆ ਤੇ ਸਿੰਪਲ ਹੈ ਅਸੀਂ ਤੁਹਾਨੂੰ ਉਹਦਾ ਤਰੀਕਾ ਦੱਸ ਸਕਦੇ ਆ ਵੀ ਆਪਦੇ ਅਕਾਊਂਟ ਚ ਪੈਸਾ ਪਾਓ 28 ਦਿਨ ਪੁਰਾਣਾ ਕਰੋ ਤੇ ਪਹਿਲੇ ਸਾਡੇ ਤੋਂ ਆਫਰ ਲੈਟਰ ਮੰਗਾ ਲਓ ਇਹ ਸਾਰੀਆਂ ਚੀਜ਼ਾਂ ਸਟੈਪ ਬਾਈ ਸਟੈਪ ਵੀ ਚੱਲਣਾ ਹੈ ਨਾ ਤੇ ਸਾਡੀ ਫੀਸ ਬੜੀ ਨੋਮੀਨਲ ਜੀ ਹੈ ਬਿਕੋਜ਼ ਅਸੀਂ ਬਲਕ ਦਾ ਵੀ ਕੰਮ ਕਰਦੇ ਆਂ ਔਰ ਆਪਦੇ ਪੋਨ ਦਾ ਪੋਨ ਤੇ ਫਲੀਆਂ ਵਾਲਾ ਕੰਮ ਕਰਦੇ ਆਂ ਦੇਖੋ ਕੰਸਲਟੈਂਟ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਤੁਹਾਨੂੰ ਹਰੇ ਕਹੇਗਾ ਮੈਂ ਬੈਸਟ ਆ ਹਰੇ ਕਹੇਗਾ ਮੈਂ ਬਹੁਤ ਵਧੀਆਂ ਸਾਡਾ ਕੰਮ ਬੋਲੇਗਾ ਜੇ ਤੁਹਾਡੀ ਮੇਰੀ ਕੋਈ ਸਪੀਚ ਚੰਗੀ ਲੱਗਦੀ ਹੈ ਮੇਰਾ YouTube ਚੈਨਲ ਚੈੱਕ ਕਰੋ ਉਰਸ ਤੋਂ ਬਾਅਦ ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅਪਲਾਈ ਨਹੀਂ ਕਰਨਾ ਚਾਹੋ ਟੂਰਿਸਟ ਵੀਜ਼ਾ ਹੈ ਸਟੱਡੀ ਵੀਜ਼ਾ ਹੈ ਜਾਂ ਪੀਆਰ ਹੈ ਤੇ ਇੱਕ ਵਾਰ ਤੁਸੀਂ ਸਾਡਾ ਨੰਬਰ ਜ਼ਰੂਰ ਫਾਰਵਰਡ ਕਰਿਆ ਜੀ ਬਿਲਕੁਲ ਜੀ ਬਿਲਕੁਲ ਜ਼ਰੂਰ ਤੁਸੀਂ ਪਹੁੰਚੋ YouTube ਚੈਨਲ ਕੈਰੀਅਰ ਓਵਰਸੀਜ਼ ਦਾ ਉਸ ਨੂੰ ਵੀ ਚੈੱਕ ਕਰ ਲਓ ਕਿਉਂਕਿ ਤਾਂ ਕਿ ਟਾਈਮ ਟੂ ਟਾਈਮ ਜਿਹੜੀਆਂ ਅਪਡੇਟਿਓਨਸ ਹੈਗੀਆਂ ਨੇ ਉਹ ਤੁਹਾਨੂੰ ਮਿਲਦੀਆਂ ਰਹਿਣ ਪ੍ਰੋਪਰ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਅੱਛਾ ਜੀ ਯੂਕੇ ਦੇ ਵਿੱਚ ਤੁਸੀਂ ਕਿਹੜੇ ਬੱਚਿਆਂ ਨੂੰ ਸੁਜੈਸਟ ਕਰੋਗੇ ਕਿ ਹਾਂ ਜੀ ਆਹ ਵਾਲੇ ਬੱਚੇ ਅਪਲਾਈ ਕਰ ਸਕਦੇ ਨੇ ਕਿਉਂਕਿ ਦੋ ਕੈਟਾਗਰੀ ਚੱਲਦੀਆਂ ਨੇ ਯੂਕੇ ਦੇ जा सकते ਨੇ ਕਿਰੇ ਵਿਦਆਉਟ ਜਾ ਸਕਦੇ ਨੇ ਜਿਹੜੇ ਜੀ ਮੈਂ ਗੱਲ ਦੱਸ ਦਿੰਨਾ ਜਿੰਨੇ ਜਿਹੜੇ ਬੱਚੇ 65 ਤੋਂ 70% ਮਾਰਕਸ ਹੈਗੇ ਆ ਹੂੰ ਔਰ 2 ਸਾਲ ਦਾ ਗੈਪ ਹੈ 20 ਆ 21 ਪਾਸ ਆਊਟ ਹੈ ਉਹ ਵਿਦਆਉਟ ਆਲਟਸ ਵੀ ਅਪਲਾਈ ਕਰ ਸਕਦੇ ਨੇ ਬਟ ਯੂਨੀਵਰਸਿਟੀ ਦੀਆਂ ਆਪਸ਼ਨ ਘੱਟ ਨੇ ਬਟ ਅਸੀਂ ਟਰਾਈ ਕਰਦੇ ਹਾਂ ਵੀ ਬੱਚੇ ਦਾ ਇੰਟਰਵਿਊ ਕਰਵਾਈਏ ਕਿਉਂਕਿ ਇਹਦੇ ਚ ਇੰਟਰਵਿਊ ਹੋਣਾ ਇੰਟਰਵਿਊ ਤੋਂ ਵੀ ਨਹੀਂ ਘਬਰਾਣਾ ਅਸੀਂ ਪ੍ਰਿਪੇਅਰ ਕਰਾਵਾਂਗੇ ਵੀ ਤੁਹਾਡਾ ਜਾਣ ਦਾ ਮਕਸਦ ਕੀ ਹੈ ਜੇ ਦਿਮਾਗ ਚ ਕੱਲੀ ਕੰਮ ਕਰਨ ਦਾ ਸੋਚ ਕੇ ਪੜਨ ਜਾ ਰਹੇ ਹੋ ਨਾ ਤੇ ਮਾਪੇ ਦੇ ਪੈਸੇ ਤੇ ਸਾਡਾ ਟਾਈਮ ਵੀ ਵੇਸਟ ਨਾ ਕਰਿਆ ਜੇ ਹੁੰਦਾ ਕੀ ਹੈ ਕਾਉਂਸਲ ਜਿਹੜੇ ਕਰਦੇ ਆ ਨਾ ਸਾਡੀ ਕਾਉਂਸਲਰ ਰਹਾ ਮੈਂ ਵੀ ਉਹਨਾਂ ਨੂੰ ਟ੍ਰੇਨਿੰਗ ਦੇਣਾ ਅਸੀਂ ਇਹ ਸੋਚਦੇ ਆ ਵੀ ਬੱਚਾ ਨੋ ਡਾਊਟ ਕਰਨਾ ਕੰਮ ਹੈ ਉਹਨੇ ਜਾ ਕੇ ਬਟ ਪਹਿਲੇ ਪੜ੍ਹਾਈ ਹੈ ਪੜ੍ਹਾਈ ਤੋਂ ਬਾਅਦ ਕਮਾਈ ਹੈ ਆਪਦੇ ਬੱਚੇ ਨੂੰ ਜੇ ਤੁਸੀਂ ਕਰਜ਼ਾ ਲੈ ਕੇ ਵੀ ਭੇਜ ਰਹੇ ਹੋ ਨਾ ਤਾਂ ਬੱਚੇ ਨੂੰ ਪਹਿਲੇ ਕੋਈ ਵੀ ਕਾਕਾ 2-3 ਮਹੀਨੇ ਨਾ ਸੈਟੋ ਫਿਰ ਕਰੀਂ ਕੁਝ ਹੁੰਦਾ ਕੀ ਅੱਜ ਜੇ ਮੈਂ ਤੁਹਾਨੂੰ ਕਹਿੰਦਾ ਤੁਸੀਂ ਕਿਸੇ ਸ਼ਹਿਰ ਪਿੰਡ ਚ ਰਹਿੰਦੇ ਹੋ ਨੇੜੇ ਤੇੜੇ ਦੇ ਕਿਸੇ ਆਪਦੇ ਹੀ ਡਿਸਟ੍ਰਿਕਟ ਦੇ ਕਿਸੇ ਸ਼ਹਿਰ ਵਿੱਚ ਜਾਣਾ ਹੋਵੇ ਤੇ ਬੱਚੇ ਦੀ ਨਾ ਇਹ ਸੇਮ ਕੰਟਰੀ ਸੇਮ ਡਿਸਟ੍ਰਿਕਟ ਵਿੱਚ 2-3 ਮਹੀਨੇ ਸੈਟਿੰਗ ਨਹੀਂ ਹੁੰਦੀ ਤੇ ਤੁਸੀਂ ਬੱਚੇ ਨੂੰ ਐਕਸਪੈਕਟ ਕਰਦੇ ਹੈਗੇ ਹੋ ਵੀ ਬੱਚਾ ਜਾ ਕੇ ਕਮਾਈ ਕਰੇ ਐਦਾ ਨਾ ਕਰਿਆ ਕਰੋ ਇਹ ਮੇਰੀ ਬੇਨਤੀ ਹੱਥ ਜੋੜ ਕੇ ਹੁੰਦਾ ਕੀ ਹੈ ਬੱਚਾ ਪਹਿਲੇ ਫੈਮਿਲੀ ਐਟਮੋਸਫੀਅਰ ਤੋਂ ਟੁੱਟਦਾ ਫਿਰ ਵੈਦਰ ਤੋਂ ਟੁੱਟਦਾ ਫਿਰ ਉੱਥੋਂ ਜਿਹੜਾ ਐਟਮੋਸਫੀਅਰ ਹੈ ਸਾਰਾ ਇੰਗਲਿਸ਼ ਹੈ ਕਈ ਚੀਜ਼ਾਂ ਬੱਚੇ ਨੂੰ ਅਡਜਸਟਮੈਂਟ ਕਰਨ ਦਿਓ ਬਟ ਇੱਕੋ ਮੇਰਾ ਕਹਿਣ ਦਾ ਮਕਸਦ ਇਹ ਹੈ ਬੱਚਾ ਜਾਂ ਪੇਰੈਂਟਸ ਇਹ ਸੋਚ ਕੇ ਜਾਣ ਭਈ ਮੈਂ ਬੱਚੇ ਨੂੰ ਜੇ ਭੇਜ ਰਿਆਂ ਸਾਡੇ ਕੋਲ ਵੀ ਕਾਉਂਸਲਿੰਗ ਲੈ ਕੇ ਬੱਚਾ ਪਹਿਲੇ ਸਟੱਡੀ ਬੰਨੇ ਧਿਆਨ ਦੇਵੇ ਆਪਦੇ ਨੋਟਸ ਬੰਨੇ ਧਿਆਨ ਦੇਵੇ ਸਾਰੀਆਂ ਚੀਜ਼ਾਂ ਅਸੀਂ ਜ਼ਰੂਰ ਦੱਸਾਂਗੇ ਪਹਿਲੇ ਹੀ ਜਿਹੜੀ ਔਰੀਐਂਟੇਸ਼ਨ ਹਰ ਇੱਕ ਯੂਨੀਵਰਸਿਟੀ ਚ ਹੁੰਦੀ ਹੈ ਉਹ ਵੀ ਅਸੀਂ ਦੱਸਦੇ ਹੈਗੇ ਆ ਬਟ ਇੱਕੋ ਚੀਜ਼ ਹੈ ਜੇ ਵਿਦ ਆਇਲੈਂਡ ਜਾਣਾ ਹੈ ਤੇ ਤੁਹਾਨੂੰ ਮੈਂ ਦੱਸਦਾ 65 70% ਨੰਬਰ ਜੇ ਵਿਦ ਆਇਲੈਂਡ ਜਾਣਾ ਹੈ 4-5 ਸਾਲ ਦਾ ਵੀ ਗੈਪ ਹੈਗਾ 5.5 ਬੈਂਡ ਹੈ ਜਾਂ 5 ਬੈਂਡ ਹੈਗੇ ਆ ਇਹ ਕਿਥੋਂ ਰਿਜੈਕਸ਼ਨ ਵੀ ਹੈਗੀ ਹੈ ਤੇ ਇੱਕ ਵਾਰ ਸਾਨੂੰ ਆ ਕੇ ਮਿਲਿਆ ਜੇ ਏ ਯੂਕੇ ਦੀਆਂ ਪ੍ਰੋਫਾਈਲਸ ਨੇ ਬਟ ਇੱਕੋ ਚੀਜ਼ ਐ ਕੋਈ ਡਾਕੂਮੈਂਟਸ ਦਾ ਜੁਗਾੜ ਸੀ ਨਹੀਂ ਕਰਾਂਗੇ ਕੋਈ ਫੰਡ ਦਾ ਜੁਗਾੜ ਨਹੀਂ ਕਰਾਂਗੇ ਸਾਰਾ ਕੁਝ ਜੇ ਤੁਹਾਡੇ ਕੋਲ ਐ ਅਸੀਂ ਤੁਹਾਨੂੰ ਇੰਨਾ ਕਹਿ ਸਕਦੇ ਆਂ ਵੀ ਅਕਾਊਂਟ ਚ ਪਾਓ ਤੇ ਇੱਕ ਮਹੀਨਾ ਵੇਟ ਕਰਕੇ ਫਿਰ ਫਾਈਲ ਲਾ ਦਾਂਗੇ ਕਿਉਂ ਐਵੇਂ ਫਾਲਤੂ ਦੇ ਪੈਸੇ ਕੰਸਲਟੈਂਟ ਨੂੰ ਦਿੰਨੇ ਹੋ ਜੇ ਤੁਸੀਂ ਪੇ ਆਫਟਰ ਵੀਜ਼ਾ ਵੀ ਲੈਣਾ ਚਾਹੁੰਦੇ ਹੋ ਤੇ ਇੱਕ ਵਾਰ ਸਾਨੂੰ ਕੈਰੀਅਰ ওভারਸੀ ਚੰਡੀਗੜ੍ਹ ਆ ਕੇ ਜ਼ਰੂਰ ਮਿਲਿਆ ਜੇ ਗਾਰੰਟੀਡ ਐ ਪੈਸੇ ਬਚਾ ਕੇ ਦੇਾਂਗੇ ਟਾਈਮ ਬਚਾ ਕੇ ਦੇਾਂਗੇ ਬਿਲਕੁਲ ਜੀ ਬਿਲਕੁਲ ਸੋ ਯੂਕੇ ਦੀ ਅਸੀਂ ਗੱਲ ਕਰ ਰਹੇ ਆ ਜੀ ਵਿਦਆਇਲਟਸ ਵਿਦਾਊਟ ਟਾਇਲਸ ਜਿੱਦਾਂ ਵੀ ਤੁਸੀਂ ਜਾਣਾ ਚਾਹੁੰਦੇ ਹੋ ਕੈਰੀਅਰ ਓਵਰਸੀਜ਼ ਤੁਹਾਡੇ ਲਈ ਹੈ ਆਫੀਸਰ ਕਿੱਥੇ ਹੈਗਾ ਕਈ ਵਾਰੀ ਬੱਚੇ ਨੀਚੇ ਨੋਟ ਨਹੀਂ ਕਰਦੇ ਜਾਂ ਬੱਚਿਆਂ ਦੇ ਪੇਰੈਂਟਸ ਦੇਖਦੇ ਹੁੰਦੇ ਨੇ ਉਹਨਾਂ ਕੋ ਨੋਟ ਨਹੀਂ ਹੋ ਪਾਂਦਾ ਕਿੱਥੇ ਆਫਿਸ ਹੈ ਕਿੱਦਾਂ ਤੁਹਾਨੂੰ ਕਿੱਦਾਂ ਮਿਲ ਸਕਦਾ ਮਿਲ ਸਕਦੇ ਨੇ ਜੀ ਮੈਂ ਦੱਸਾਂਗਾ ਬਿਲਕੁਲ ਦੇਖੋ ਜੀ ਅੱਜ ਆਪਣੇ ਕੋਲ smartphones ਹੈਗੇ ਆ ਬਟ ਅਸੀਂ ਆਪਦੇ ਫਿਊਚਰ ਦੇ ਪ੍ਰਤੀ ਜਾਂ ਕੈਰੀਅਰ ਦੇ ਪ੍ਰਤੀ 스마트 ਨਹੀਂ ਹੋ ਸਕੇ ਅਸੀਂ ਜ਼ਿਆਦਾ ਟਾਈਮ ਫालतੂ ਦੇ ਸੋਸ਼ਲ ਮੀਡੀਆ ਤੇ ਲਗਾਨੇ ਆ ਕੈਰੀਅਰਓਵਰਸੀਜ਼.co.in ਪਾ ਲੋ Google ਤੇ ਜਾਂ ਸਹੀ ਤੇ ਸੱਚੀ ਸਲਾਹ ਤੁਸੀਂ ਵਾਇਸ ਨੋਟ ਨਾਲ ਆ Google ਤੇ ਪਾ ਸਕਦੇ ਹੈਗੇ ਹੋ Google ਦੇ ਉੱਪਰ ਇੱਕ ਮਾਈਕ ਦਾ ਬਟਨ ਹੁੰਦਾ ਸਹੀ ਤੇ ਸੱਚੀ ਸਲਾਹ ਜਾਂ ਕੈਰੀਅਰਓਵਰਸੀ ਚੰਡੀਗੜ੍ਹ ਉੱਥੋਂ ਤੁਹਾਨੂੰ ਐਡਰੈਸ ਆ ਜਾਏਗਾ ਸਾਡਾ ਸਿਰਫ ਕੈਰੀਅਰਓਵਰਸੀ 17D ਚੰਡੀਗੜ੍ਹ ਦੇ ਵਿੱਚ ਆਫਿਸ ਹੈਗਾ ਕੋਈ ਵੀ ਸਟੱਡੀ ਵੀਜ਼ਾ ਪੀਆਰ ਜਾਂ ਟੂਰਿਸਟ ਵੀਜ਼ਾ ਇਹ ਰਿਜੈਕਸ਼ਨ ਹੈ ਔਰ ਸਾਡੇ ਤੋਂ ਲੈਣਾ ਹੈ ਇਨਫੋਰਮੇਸ਼ਨ ਐਡਰੈਸ ਲੋ ਡਾਕੂਮੈਂਟ ਲਓ ਸਾਡੀ ਕਾਉਂਸਲਰ ਨਾਲ ਗੱਲ ਕਰੋ ਆ ਕੇ ਮਿਲੋ ਫ੍ਰੀ ਆਫ ਕੋਸਟ ਹੈ ਔਰ ਬਾਕੀਆਂ ਨਾਲੋਂ ਵੀ ਜਿਹੜੀ ਕਾਉਂਸਲਿੰਗ ਹੈ ਸਾਡੀ ਕਾਉਂਸਲਿੰਗ ਦਾ ਵੀ ਪਰ ਫਰਕ ਲੱਗ ਜਾਏਗਾ ਵੀ ਇਹਨਾਂ ਨੇ ਸਾਨੂੰ ਬੜੇ ਸੱਚੇ ਢੰਗ ਨਾਲ ਸਖਾਇਆ ਸਮਝਾਇਆ ਤੇ ਨੇੜੇ ਤੇੜੇ ਵੀ ਬਾਅਦ ਚ ਅਪਲਾਈ ਕਰ ਸਕਦੇ ਹੋ ਓਕੇ ਠੀਕ ਹੈ ਜੀ ਸੋ ਬਿਲਕੁਲ ਜੀ ਆਫਿਸ ਦਾ ਐਡਰੈਸ ਇੰਟਰਨੈਟ ਤੇ ਹੈਗਾ ਆ ਫੋਨ ਤੇ ਅਸੀਂ ਬਹੁਤ ਟਾਈਮ ਸਪੈਂਡ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਰਾਤ ਦੇ 2-2 ਵਜੇ ਤੱਕ 12-12 ਵਜੇ ਤੱਕ ਸਭ ਫੋਨ ਤੇ ਲੱਗੇ ਰਹਿੰਦੇ ਨੇ ਪਰ ਥੋੜਾ ਜਿਹਾ ਟਾਈਮ 1 ਘੰਟਾ ਆਪਣੀ ਨੋਲਿਜ ਵਾਸਤੇ ਵੀ ਕੱਢਿਆ ਕਰੋ ਆਪਣੇ ਫਿਊਚਰ ਵਾਸਤੇ ਵੀ ਕੱਢਿਆ ਕਰੋ ਗਰੰਟੀ ਹੈ ਕਿ ਨਾ ਤੁਹਾਡੇ ਨਾਲ ਠੱਗੀ ਬੱਜੇਗੀ ਤੇ ਤੁਹਾਡਾ ਫਿਊਚਰ ਜਿਹੜਾ ਉਹ ਬਹੁਤ ਵਧੀਆ ਹੋ ਜਾਏਗਾ ਅ ਅੱਛਾ ਯੂਕੇ ਦੀ ਗੱਲ ਕੀਤੀ ਹੁਣ ਸਰ ਕੈਨੇਡਾ ਤੇ ਆ ਜਾਣੇ ਹੈ ਕੈਨੇਡਾ ਦੀ ਸਿਚੁਏਸ਼ਨ ਬੜੀ ਡਾਈਸੀ ਚੱਲ ਰਹੀ ਹੈ ਇਸ ਟਾਈਮ ਲਾਈਕ ਜਨਵਰੀ ਪਹਿਲਾਂ ਤਾਂ ਰਿਜ਼ਲਟ ਹੀ ਨਹੀਂ ਆ ਰਹੇ ਸੀਗੇ ਰਿਫਿਊਜ਼ਲ ਆ ਰਹੀਆਂ ਸੀ ਫਿਰ ਬਹੁਤ ਬੱਚਾ ਨੇ ਬੜੀ ਇੰਟੈਕ ਚ ਅਪਲਾਈ ਕੀਤਾ ਪਰ ਰਿਜ਼ਲਟ ਉਹਨਾਂ ਦੇ ਨਹੀਂ ਆਏ ਬੱਚੇ ਸਮਝ ਹੀ ਨਹੀਂ ਪਾ ਰਹੇ ਸੀ ਕੀ ਕਰੀਏ ਦੂਜੇ ਪਾਸੇ ਪਹਿਲਾਂ ਕਿਹਾ ਜਾਂਦਾ ਸੀ ਕਿ ਚਲੋ ਇਹ ਕਮੇਟੀ ਉਹ 5:30 ਵੇ ਚੱਲ ਜਾਂਦੇ ਸੀ ਪਰ ਹੁਣ 6:30 ਤੋਂ ਘੱਟ ਬੱਚਾ ਸਭ ਕਹਿ ਰਹੇ ਨੇ ਅਪਲਾਈ ਨਾ ਕਰੇ ਸੋ ਤੁਸੀਂ ਕੀ ਆਪਣੇ ਹਿਸਾਬ ਦੇ ਨਾਲ ਸਿਨੈਰੀਓ ਦੱਸੋਗੇ ਕੈਨੇਡਾ ਦਾ ਹੁਣ ਆਪਾਂ ਆਂ ਕੈਨੇਡਾ ਸਟੱਡੀ ਵੀਜ਼ਾ ਤੇ ਦੇਖੋ ਕੈਨੇਡਾ ਸਟੱਡੀ ਵੀਜ਼ਾ ਇੱਕ ਐਵੇਂ ਦਾ ਹੈ ਵੀ ਜਿਵੇਂ ਆਪਾਂ ਜਿਹਨੂੰ ਕਹਿੰਦੇ ਨਹੀਂ ਸੀ ਕਿ ਪ੍ਰੋਪਰਟੀ ਡੀਲਰ ਵੀ ਹਾਂ ਹਰ ਜਗ੍ਹਾ ਪਿੰਡ ਸ਼ਹਿਰ ਈਵਨ ਇਟ ਦੇ ਉੱਪਰ ਬੈਠੇ ਆ ਸਾਡੇ ਜਿਹੜਾ ਲਾਈਨ ਹੈ ਸਾਡੀ ਕੰਸਲਟੈਂਟ ਲਾਈਨ ਇਟ ਪਿੰਡ ਵਿੱਚ ਵੀ ਸ਼ਹਿਰ ਵਿੱਚ ਵੀ ਇਟ ਤੇ ਦੋ ਦੋ ਬੈਠੇ ਆ ਬਟ ਹੁੰਦਾ ਕੀ ਹੈਗਾ ਜਦੋਂ ਆਪਾਂ ਹਾਈਲਾਈਟਸ ਕਰਨ ਵੀ ਜਾਂਦੇ ਆ ਪਲੱਸ 2 ਤੋਂ ਬਾਅਦ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਵਾਰ-ਵਾਰ ਅਟੈਂਪਟ ਕਰਦੇ ਆ ਬੈਂਡ ਨਹੀਂ ਆਂਦੇ ਸਾਡੇ 6 ਬੈਂਡ 노 ਡਾਊਟ ਡਿਜ਼ਾਇਰਡ ਹੈਗੇ ਆ ਆਪਾਂ ਓਵਰਆਲ 6 ਕਹਿ ਦਿੰਦੇ ਆ ਹਰੇਕ 'ਚ 6 ਹੋਣੇ ਚਾਹੀਦੇ ਆ ਕੈਨੇਡਾ ਦਾ ਜਿਹੜਾ ਇਨਟੇਕ ਹੈ ਨਾ ਸਾਡੇ ਕੋਲ ਜਨਵਰੀ ਇਨਟੇਕ ਹੈਗਾ ਸਪਟੈਂਬਰ ਵਿੱਚ ਕੁਝ ਫਾਈਲਸ ਨੇ ਬਟ ਇੱਕ ਧਿਆਨ ਰੱਖਣਾ ਕੁਝ ਸੌਰੀ ਸੀਟਸ ਨੇ ਪਹਿਲੇ ਤਾਂ ਜੇ ਕਰੀਅਰ ਓਵਰਸੀ ਤੁਹਾਡੀ ਇੱਕ ਬੜੀ ਵਧੀਆ ਮਦਦ ਕਰ ਸਕਦਾ ਜੇ ਉਹਦੇ ਤੁਸੀਂ ਟਰਸਟ ਕਰਦੇ ਹੋ ਪੇਰੈਂਟਸ ਨਾਲ オリジナル ਡਾਕੂਮੈਂਟ ਲੈ ਕੇ ਆਣੇ ਹੋ ਤੁਹਾਡਾ ਡਿਜ਼ਾਇਰਡ ਕੋਰਸ ਡਿਜ਼ਾਇਰ ਕਾਲਜ ਔਰ ਡਿਜ਼ਾਇਰ ਪ੍ਰੋਵਿੰਸ ਇਹ ਤੁਹਾਨੂੰ ਮਿਲ ਸਕਦੀ ਹੈ ਬਟ ਤੁਹਾਨੂੰ ਐਕਸ਼ਨ 6 ਮਹੀਨੇ ਪਹਿਲੇ ਲੈਣਾ ਪਏਗਾ ਲੇਟ ਨਹੀਂ ਲੈਣਾ ਹੁਣ ਆਪਾਂ ਫੇਰ ਆ ਜਾਂਦਾ ਕਈਆਂ ਦੀ ਸਾਡੇ ਵਾਂਗ ਰੈਡੋਟਾਈਜ਼ਮੈਂਟ ਆਂਦੀ ਹੈ ਨਿਊਜ਼ਪੇਪਰ ਚ ਵੀ ਆਂਦਾ ਹੈ ਟੀਵੀ ਚ ਵੀ ਆਂਦਾ ਹੈ ਸੋਸ਼ਲ ਮੀਡੀਆ ਤੇ ਵੀ ਆਂਦਾ ਹੈ ਤੇ ਆਪਣੇ ਕੋਈ ਯਾਰ ਦੋਸਤ ਰਿਸ਼ਤੇਦਾਰ ਨੇੜੇ ਤੇੜੇ ਉਹਨਾਂ ਤੋਂ ਗਏ ਵੀ ਹੁੰਦੇ ਆ ਆਪਾਂ ਉੱਥੇ ਚਲੇ ਜਾਂਦੇ ਆ ਜਾਣਾ ਵੀ ਚਾਹੀਦਾ ਹੈ ਕੈਰੀਅਰ ਓਵਰਸੀਜ਼ ਆਉਣ ਦਾ ਫਾਇਦਾ ਕੀ ਹੈ ਜੇ ਤੁਸੀਂ ਤੁਹਾਡੇ ਨੇੜੇ ਤੇੜੇ ਵੀ ਉਹ ਫੈਸਿਲਿਟੀ ਹੈਗੀ ਹੈ ਨਾ ਬਟ 2-300 ਕਿਲੋਮੀਟਰ ਚੰਡੀਗੜ੍ਹ ਆਉਣ ਦਾ ਫਾਇਦਾ ਕੀ ਹੈ ਕੈਰੀਅਰ ਓਵਰਸੀ ਤੁਹਾਡਾ ਪੈਸਾ ਤੇ ਟਾਈਮ ਤਾਂ ਬਚਾ ਕੇ ਦੇਊਗਾ ਇਮਾਨਦਾਰੀ ਨਾਲ ਕਾਉਂਸਲਿੰਗ ਕਰੇਗਾ ਇਮਾਨਦਾਰੀ ਨਾਲ ਸਰਵਿਸ ਦੇਗਾ ਔਰ ਇਮਾਨਦਾਰੀ ਨਾਲ ਹੀ ਕੱਲ ਨੂੰ ਜਦੋਂ ਤੁਹਾਡਾ ਵੀਜ਼ਾ ਆ ਜਾਂਦਾ ਉਸ ਤੋਂ ਬਾਅਦ ਵੀ ਹਰ ਚੀਜ਼ ਹੋਵੇਂ ਸਮਝਾਈ ਜਾਏਗੀ ਜਿਵੇਂ ਆਪਾਂ ਚਾਹਨੇ ਆ ਇੱਕ ਸਾਨੂੰ ਐਜ਼ ਅ ਫੈਮਿਲੀ ਸਮਝਾਇਆ ਜਾਵੇ ਐਜ਼ ਅ ਯਾਰ ਦੋ ਸਮਝਾਇਆ ਜਾਵੇ ਸਾਡੀ ਜਿਹੜੀ ਟੋਟਲ ਕਾਉਂਸਲਿੰਗ ਹੈ ਟੋਟਲੀ ਪਰਸਨਲ ਬੇਸ ਹੁੰਦੀ ਹੈ ਰਹਿੰਦਾ ਕੀ ਹੈ ਹਰੇਕ ਨੂੰ ਪਤਾ ਹੈ ਐਲੀਜੀਬਿਲਟੀ ਕਿੱਦਾਂ ਆਊਗਾ ਸਟੈਪ ਕੀ ਕੀ ਨੇ ਬਟ ਜਿਹੜੀ ਬੱਚੇ ਦੀ ਓਵਰਆਲ ਮਾਈਂਡ ਸੈਟ ਹੈ ਨਾ ਪੇਰੈਂਟਸ ਦਾ ਔਰ ਬੱਚਿਆਂ ਦਾ ਉਹਨਾਂ ਨੂੰ ਉਸ ਚੀਜ਼ ਦਾ ਸਮਝਾਣਾ ਬਹੁਤ ਜ਼ਰੂਰੀ ਹੈ ਸਾਡੇ ਕੋਲ ਜਿਹੜਾ ਸਪਟੰਬਰ ਦਾ ਇਨਟੇਕ ਵੀ ਹੈ 2023 ਦਾ ਜਨਵਰੀ ਇਨਟੇਕ ਵੀ ਹੈ ਬਟ ਇੱਕੋ ਚੀਜ਼ ਹੈ ਜੇ ਤੁਸੀਂ ਹਾਈਲਾਈਟਸ ਕਰ ਰਹੇ ਹੋ ਮੇਰੀ ਇੱਕ ਛੋਟੀ ਜੀ ਟਿਪ ਲੈ ਲੈਣਾ ਹਾਈਲਾਈਟਸ ਕਰ ਰਹੇ ਹੈਗੇ ਹੋ ਪਲੱਸ 2 ਕੀਤੀ ਸੀਗੀ ਪਲੱਸ 2 ਤਾਂ ਚਲੋ ੱੱਕੇ ਛੱਕੇ ਨਾਲ ਪਾਸ ਹੋ ਗਈ ਬਟ ਜੇ ਹਾਈਲਾਈਟਸ ਜਾਂ ਪੀਟੀਈ ਕਰ ਰਹੇ ਹੋ ਨਾ ਤੇ ਉਹ ਵਾਲੀ ਜਿਹੜੀ ਆਦਤ ਹੈ ਨਾ ਲਾਸਟ ਤੇ ਆ ਕੇ ਸਟੱਡੀ ਕਰਨਾ ਜਾਂ ਲਾਸਟ ਤੇ ਆ ਕੇ ਟਿਊਸ਼ਨਾਂ ਪੜ੍ਹ ਕੇ ਤੇ ਨੋਟਸ ਰੈਡੀ ਕਰਨਾ ਇਹ ਹੱਥੇ ਨਹੀਂ ਚੱਲਣਾ ਤੁਹਾਨੂੰ ਕਨਸਟੈਂਟ ਪੀਟੀਈ ਔਰ ਹਾਈਲਾਈਟਸ ਵਾਸਤੇ ਕਨਸਟੈਂਟ ਮਿਹਨਤ ਕਰਨੀ ਪੈਗੀ ਜਿੰਨਾ ਟਾਈਮ ਤੁਹਾਡੀਆਂ 40 ਦਿਨ ਕਲਾਸਾਂ ਨੇ ਮਹੀਨਾ ਕਲਾਸਾਂ ਨੇ 50 ਦਿਨ ਕਲਾਸਾਂ ਨੇ ਇਹ ਮੇਰੀ ਮਾਪੇ ਨੂੰ ਵੀ ਬੱਚਿਆਂ ਨੂੰ ਵੀ ਬੇਨਤੀ ਹੈ ਜਿਆਦਾ ਫੋਕਸ ਸੋਸ਼ਲ ਮੀਡੀਆ ਤੇ ਨਾ ਕਰਕੇ ਜਿੱਥੇ ਵੀ ਤੁਸੀਂ ਰਹਿੰਦੇ ਹੋ ਜਿੱਥੇ ਵੀ ਸੌਂਦੇ ਹੋ ਜਿੱਥੇ ਤੁਸੀਂ ਬਰਸ਼ ਕਰਦੇ ਹੋ ਆਪਦੇ 7 ਜਾਂ 7.5 ਬੈਂਡ ਦਾ ਇੱਕ ਬੋਰਡ ਲਾ ਕੇ ਆ ਇੱਕ ਪ੍ਰਿੰਟ ਆਊਟ ਲਾ ਕੇ ਰੱਖਦੇ ਹੋ ਤੇ ਉਹੀ ਚੀਜ਼ਾਂ ਡੇਲੀ ਕਰਦੇ ਹੋ ਤਾਂ ਤੁਹਾਨੂੰ ਦੁਬਾਰਾ ਅਟੈਂਪਟ ਨਹੀਂ ਕਰਨਾ ਪੈਗਾ ਇੱਕ ਮੇਰੀ ਛੋਟੀ ਟਿਪ ਹੈ ਜਿਹੜੇ ਪੇਰੈਂਟਸ ਵਾਰ-ਵਾਰ ਪੈਸੇ ਦੇ ਕੇ ਆਈਲਟ ਸੈਂਟਰਾਂ ਨੂੰ ਵਾਰ-ਵਾਰ ਕਹਿੰਦੇ ਬੱਚੇ ਦੇ ਬੈਂਡ ਦੀਆਂ ਦੇ ਤੁਹਾਡੇ ਬੱਚੇ 'ਚ ਕਮੀ ਹੁੰਦੀ ਹੈ ਇਹ ਛੋਟੀਆਂ-ਛੋਟੀਆਂ ਟਿਪ ਨੇ ਇਹ ਜਰੂਰ ਯਾਦ ਰੱਖਿਆ ਜੀ ਬਿਲਕੁਲ ਜੀ ਕਿਉਂਕਿ 2-4 ਮਹੀਨੇ ਜੇਕਰ ਤੁਸੀਂ ਮਿਹਨਤ ਕਰ ਲੋਗੇ 2-4 ਮਹੀਨੇ ਦੀ ਮਿਹਨਤ ਆ ਆਇਸਟੋ ਚੰਗੇ ਬੈਂਡ ਲੈ ਜਾਓਗੇ ਤਾਂ ਤੁਹਾਡਾ ਆਉਣ ਵਾਲਾ ਫਿਊਚਰ ਬਹੁਤ ਵਧੀਆ ਹੋ ਜਾਏਗਾ ਕਿਉਂਕਿ ਪੜ੍ਹਨਾ ਅਸੀਂ ਕੈਨੇਡਾ ਯੂਕੇ ਜਾ ਕੇ ਪਰ ਆਇਲਸ ਨਹੀਂ ਅਸੀਂ ਕਰਨੀ ਸੋ ਇਹ ਬੱਚਿਆਂ ਦਾ ਜਿਹੜਾ ਇਹ ਮਾਈਂਡ ਸੈਟ ਹੈ ਨਾ ਉਸ ਨੂੰ ਪਹਿਲਾਂ ਚੇਂਜ ਕਰੋ ਇਹ ਸੋਚੋ ਕਿ ਠੀਕ ਗੱਲ ਹੈ 4-5 ਮਹੀਨੇ ਮੈਂ ਅਗਰ ਫੋਕਸ ਕਰ ਲਾਂਗਾ ਸਟੱਡੀ 'ਚ ਤੇ ਮੇਰਾ ਆਉਣ ਵਾਲਾ ਪੂਰਾ ਫਿਊਚਰ ਮੇਦੀ ਜਿੰਨੀ ਵੀ ਜ਼ਿੰਦਗੀ ਬਹੁਤ ਸੈੱਟ ਹੋ ਜਾਏਗੀ ਮੇਰੇ ਪੇਰੈਂਟਸ ਦੀ ਲਾਈਫ ਵੀ ਬੜੀ ਸੈੱਟ ਹੋ ਜਾਏਗੀ ਸੋ ਕੈਨੇਡਾ ਅਪਲਾਈ ਕਰਨਾ ਤਾਂ ਵੀ ਜਿਹੜਾ ਹੈਗਾ ਕਰੀਅਰ ਅਓਵਰ ਸੀਜ਼ ਤੁਹਾਡੀ ਮਦਦ ਕਰਦਾ ਜ਼ਰੂਰ ਪਹੁੰਚੋ ਜੀ ਆਫਿਸ ਦੇ ਐਡਰੈਸ ਵੀ ਫਲੈਸ਼ ਹੋ ਰਹੇ ਨੇ ਨੰਬਰ ਵੀ ਫਲੈਸ਼ ਹੋ ਰਹੇ ਨੇ ਮੈਨੂੰ ਇੱਕ ਮੈਨ ਲੱਗਦਾ ਹੈ ਸ਼ੋ ਦਾ ਟਾਈਮ ਥੋੜਾ ਜਿਹਾ ਘੱਟ ਘੱਟ ਰਹਿ ਗਿਆ ਹੈ ਮੈਂ ਇੱਕ ਬੜੀ ਅੱਛੀ ਐਡਵਾਈਸ ਦੇਣਾ ਚਾਹਨਾ ਦੇਖੋ ਇੰਪਲੀਮੈਂਟ ਕਰਨਾ ਨਾ ਕਰਨਾ ਆਪਾਂ ਪ੍ਰਵਚਨ ਬਹੁਤ ਸੁਣਨੇ ਆ ਬਾਬਾ ਜੀ ਦੇ ਪ੍ਰਵਚਨ ਬਹੁਤ ਅਸੀਂ ਆਨੇ ਆ ਆਪਦੀ ਦੁਕਾਨ ਚਲਾਣ ਵੀ ਜਿਹੜੇ ਸਾਡੇ ਐਕਸਪੀਰੀਅੰਸ ਹੁੰਦੇ ਆ ਨਾ 13 ਸਾਲਾਂ ਦੇ 12 ਸਾਲਾਂ ਦੇ ਜੇ ਸਾਨੂੰ ਪੇਰੈਂਟਸ ਪੁੱਛਦੇ ਨੇ ਜਾਂ ਮਿਲਦੇ ਆ ਕਈ ਸਾਡੇ ਵੀ ਰਿਜੈਕਸ਼ਨ ਆਉਂਦੀਆਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੇ ਸਾਰੇ ਸਿਲੈਕਸ਼ਨ ਹੁੰਦੀ ਹੈ ਅਸੀਂ ਉਹ ਚੀਜ਼ਾਂ ਤੋਂ ਸਿੱਖਦੇ ਆ ਤਾਂ ਅਜ ਤੱਕ 13 ਸਾਲ ਤੱਕ ਆ ਚੁੱਕੇ 4000 ਵੀਜ਼ਾ ਡਿਲੀਵਰ ਕਰ ਚੁੱਕੇ ਮੇਰਾ ਇੱਕੋ ਲਾਈਫ ਦਾ ਜਿਹੜਾ ਲਾਲੋ ਤਤ ਹੈ ਨਾ ਉਹ ਹੀ ਹੈ ਜਦੋਂ ਵੀ ਆਪਣੇ ਬਜ਼ੁਰਗ ਕਿਉਂ ਕਾਮਯਾਬ ਹੁੰਦੇ ਆ ਕਿਉਂਕਿ ਉਹਨਾਂ ਦਾ ਨਾ ਕੰਮ ਇੱਕੋ ਹੁੰਦਾ ਫੋਕਸਡ ਹੁੰਦੇ ਆ ਅੱਜ ਜਿਹੜਾ ਸਾਡੇ ਕੋਲ ਇੱਕ ਮੋਬਾਈਲ ਹੈ ਨਾ ਔਰ ਇੱਕ ਟੀਵੀ ਹੈ ਇਹ ਸਾਨੂੰ ਫੋਕਸਡ ਹੀ ਨਹੀਂ ਹੁੰਨ ਦਿੰਦਾ ਐਨੀ ਇਨਫੋਰਮੇਸ਼ਨ ਅਸੀਂ ਦਿਮਾਗ 'ਚ ਭਰ ਲੈਨੇ ਹੈ ਗਿਆ ਔਰ ਉਸ ਤੋਂ ਬਾਅਦ ਕਨਫਿਊਜ਼ ਹੋ ਜਾਂਦੇ ਆ ਐਦਾਂ ਨਾ ਕਰਿਆ ਕਰੋ ਤੁਹਾਨੂੰ ਇਹ ਪਤਾ ਹੈ ਬੈਂਡ ਕਿੰਨੇ ਲੈਣੇ ਨੇ ਕਿਵੇਂ ਮਿਹਨਤ ਕਰਨੀ ਹੈ ਕਿਵੇਂ ਟਿਪ ਟਿਪਸ ਨੇ ਜਿਹੜੀਆਂ ਤੁਹਾਨੂੰ ਦਿੰਦੇ ਆ ਅਰੇ ਯਾਰ ਉਸ ਤੋਂ ਬਾਅਦ ਵੀ ਤੁਸੀਂ ਫਾਲਤੂ ਦੇ ਟਾਈਮ ਲਾਣੇ ਹੋ ਨਾ ਤਾਂ ਤੁਹਾਡੇ ਬੈਂਡ ਨਹੀਂ ਆਉਂਦੇ ਜਿਹੜੇ ਬਿਨਾ ਬੈਂਡ ਦੇ ਨੇ ਮੈਂ ਇਸ ਕਰਕੇ ਥੋੜਾ ਜਿਹਾ ਟ੍ਰੈਕ ਲਿਆ ਹੈਗਾ ਮੈਂ ਮੈਂ ਤੋਂ ਜਿਹੜੇ ਬੱਚੇ 10ਵੀਂ ਆ 12ਵੀਂ ਪਾਸ ਨੇ 30 ਜਾਂ 35 ਸਾਲ ਦੀ ਉਮਰ ਹੋ ਚੁੱਕੀ ਹੈ ਬਿਲਕੁਲ ਵਿਲੇ ਨੇ ਪੈਸੇ ਵੀਜ਼ਾ ਤੋਂ ਬਾਅਦ ਦੇਣਾ ਚਾਹੁੰਦੇ ਨੇ ਕੋਈ ਟੂਰਿਸਟ ਵੀਜ਼ਾ ਕੈਨੇਡਾ ਦਾ ਲੈਣਾ ਚਾਹੁੰਦਾ ਹੈ ਜਾਂ ਕੋਈ ਇਹ ਸੋਚਦਾ ਹੈਗਾ ਵੀ ਮੇਰੀ ਪਹਿਲੇ ਰਿਜੈਕਸ਼ਨ ਹੈ ਕਿਸੇ ਵੀ ਕੰਟਰੀ ਤੋਂ ਮੈਂ ਕਿੱਥੇ ਜਾਵਾਂ ਤੇ ਕਰੀਅਰ ਓਵਰਸੀਜ਼ ਉਹਦਾ ਵੀ ਉਂਗਲੀ ਫੜੇਗਾ ਉਹਦਾ ਵੀ ਲੜ ਫੜੇਗਾ ਉਹਨੂੰ ਸਹੀ ਐਡਵਾਈਸ ਦੇਗਾ ਜਿੰਦੇ ਵਿੱਚ ਟੂਰਿਸਟ ਵੀਜ਼ਾ ਚਾਹੇ ਯੂਕੇ ਆਸਟ੍ਰੇਲੀਆ ਕੈਨੇਡਾ ਅਸੀਂ ਸ਼્યોਰ ਸ਼ਾਟ ਵੀ ਕਰਦੇ ਆਂ ਪਹਿਲੇ ਤੁਹਾਡੀ ਪ੍ਰੋਫਾਈਲ ਅਸੀਂ ਮੇਕ ਕਰਾਂਗੇ ਚਾਹੇ ਉਸ ਤੇ 6 ਮਹੀਨੇ ਲੱਗ ਜਾਣ 8 ਮਹੀਨੇ ਲੱਗ ਜਾਣ ਤਾਂ ਤੁਹਾਡਾ ਵੀਜ਼ਾ ਅਪਲਾਈ ਕਰਾਂਗੇ ਇਹ ਨਹੀਂ ਬਈ 25-30 ਲੱਖ ਰੁਪਈਆ ਦੇ ਦਿਓ ਜੀ ਤੇ ਅਸੀਂ ਤੁਹਾਡੇ ਜਾਲੀ ਡਾਕੂਮੈਂਟ ਲਾ ਕੇ 10 ਫਾਈਲਾਂ ਲਾਈਆਂ ਦੋ ਦੇ ਵੀਜ਼ੇ ਲੈ ਲੈ ਬਾਕੀਆਂ ਨੂੰ ਕੀ ਸੱਸਰੀ ਕਾਲ ਇਹ ਨਹੀਂ ਕਰਾਂਗੇ ਅਸੀਂ ਤੁਹਾਡੀ ਪ੍ਰੋਫਾਈਲ ਹੀ ਤੁਹਾਡੇ ਉਹਦੇ ਚ ਉਂਝ ਵੈਸੇ 25-30 ਸਾਲ ਇੰਡੀਆ ਚ ਰਹਿ ਗਏ ਜੇ 1 ਸਾਲ ਹੋਰ ਤੁਹਾਨੂੰ ਮਿਹਨਤ ਚ ਲੱਗ ਜਾਏਗਾ ਤੁਹਾਡੀ ਫਾਈਲ ਦੇ ਪ੍ਰਤੀ ਤੁਹਾਡੀ ਪ੍ਰੋਫਾਈਲ ਦੇ ਪ੍ਰਤੀ ਤੇ ਉਹਦੇ ਨਾਲ ਵੀ ਤੁਸੀਂ ਜਿਹੜਾ ਵੀਜ਼ਾ ਹੈ ਬੜੇ ਘੱਟ ਪੈਸਿਆਂ ਦੇ ਵਿੱਚ ਥੋੜਾ ਜਿਹਾ ਟਾਈਮ ਲਾ ਕੇ ਲੈ ਸਕਦੇ ਹੋ ਹੁਣ ਮੈਂ ਕਹਿਣਾ ਹੈਗਾ ਜਿਹੜੇ ਬੱਚਿਆਂ ਦੇ ਤਿੰਨੀਆਂ 4 ਲੱਖ ਰੁਪਏ ਦਾ ਬਜਟ ਹੈ ਨਾ ਸਿੰਗਾਪੁਰ ਤੇ ਸਾਈਪਰਸ ਸਿੰਗਾਪੁਰ ਸਟੱਡੀ ਵੀਜ਼ਾ ਜਾਂ ਸਾਈਪਰਸ ਜਿਹੜਾ ਯੂਰੋਪੀਅਨ ਯੂਨੀਅਨ ਦਾ ਮੈਂਬਰ ਹੈ ਯੂਰੋਪ 'ਚ ਹੈਗਾ ਯੂਰੋ ਚੱਲਦਾ ਹੈਗਾ ਉਥੇ ਤੁਸੀਂ ਅਪਲਾਈ ਕਰ ਸਕਦੇ ਹੈਗੇ ਹੋ ਔਰ ਇੱਕੋ ਚੀਜ਼ ਹੈ ਪੇ ਆਫਟਰ ਵੀਜ਼ਾ ਲੈਣਾ ਤਾਂ ਵੀ ਤੁਹਾਨੂੰ অপਸ਼ਨ ਹੈਗੀ ਹੈ 10ਵੀਂ 12ਵੀਂ ਪਾਸ ਹੋ ਆਈਲੈਂਡਸ ਨਹੀਂ ਚਾਹੀਦੀ ਪੇ ਆਫਟਰ ਵੀਜ਼ਾ 10ਵੀਂ 12ਵੀਂ ਪਾਸ ਕੱਲੇ ਜਾਣਾ ਹੈ ਸਪਾਊਸ ਨਾਲ ਜਾਣਾ ਹੈ ਉਮਰ 30 35 ਸਾਲ ਵੀ ਹੈ ਔਰ ਸੋਚਦੇ ਹੋ ਵੀ ਮੈਂ ਮਾੜਾ ਮੋਟਾ ਪੈਰਾਂ ਤੇ ਸਟੈਂਡ ਹੋ ਕੇ ਮਾੜੀ ਮੋਟੀ ਇੰਗਲਿਸ਼ ਠੀਕ ਹੈਗੀ ਹੈ ਤੇ ਉਹ ਪੈਰਾਂ ਤੇ ਸਟੈਂਡ ਹੋ ਕੇ ਮੈਂ ਆਪਣੀ ਫੈਮਿਲੀ ਨੂੰ ਬੁਲਾ ਲਾਂ ਔਰ ਕੁਝ ਅਰਮਿੰਗ ਆਪਦੇ ਵਾਸਤੇ ਕਰ ਲਾਂ ਤੇ 3 4 ਲੱਖ ਰੁਪਏ ਦੇ ਪੈਕੇਜ ਦੇ ਵਿੱਚ ਉਹ ਵੀ ਪੇ ਆਫਟਰ ਵੀਜ਼ਾ ਤੁਸੀਂ 10ਵੀਂ 12ਵੀਂ ਪਾਸ ਹੋ ਸਾਈਪ੍ਰਸ ਜਾਂ ਸਿੰਗਾਪੁਰ ਸਟੱਡੀ ਵੀਜ਼ਾ ਜਾ ਸਕਦੇ ਹੈਗੇ ਬਿਲਕੁਲ ਜੀ ਬਿਲਕੁਲ ਹਰ ਤਰ੍ਹਾਂ ਦੀ ਆਪਸ਼ਨ ਜਿਹੜੀ ਕਰੀਅਰ ਓਵਰਸੀਜ਼ ਤੁਹਾਨੂੰ ਦੇ ਰਹੀ ਆਈ ਹੋਪ ਜ਼ਰੂਰ ਤੁਹਾਡਾ ਕਰੀਅਰ ਇਹਨਾਂ ਦੇ ਥਰੂ ਬਣੇਗਾ ਜੀ ਨੰਬਰ ਆ ਗਏ ਨੇ ਤੁਹਾਡੇ ਕੋਲ ਸ਼ੋ ਖਤਮ ਹੋਣ ਲੱਗਾ ਆਈ ਹੋਪ ਤੁਸੀਂ ਜਲਦੀ ਜਲਦੀ ਨੰਬਰ ਨੋਟ ਕਰ ਲਿਓਣਗੇ ਸੋ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਜੀ सो so, बिल्कुल जी ध्यान दे आई दिता होएगा टाइम तो्यान अपने फू फ्यूचर पर फोकसड होना है प्रॉपर तरीके आ, नंबर नोट कर लो जी तो इस दूँ प्रीतन भी देव इच्छास है सत श्रीकाल ਜੇਕਰ ਤੁਸੀਂ ਵੀ ਇਮੀਗ੍ਰੇਸ਼ਨ ਸਲਾਹਕਾਰ ਹੋ ਜਾਂ ਵੀਜ਼ਾ ਐਕਸਪਰਟ ਹੋ ਤੁਸੀਂ ਵੀ ਸਾਡੇ ਸ਼ੋਅ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰ ਸਕਦੇ ਹੋ ਨੰਬਰ ਹੈ 9911400369 ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰ ਲਓ 9914400369